सत श्रीकाल जी, स्वागत करते सारे दर्शकों का एक बार फिर तो अपने इस पेज के उत्ते। और जिवें तुसीं जानते हो कि इमीग्रेशन अपडेट्स विद मनीष नूं असीं इसे करके शुरू किया कि जो भी इमीग्रेशन इंडस्ट्री की अपडेट्स ने उन्होंने असीं तुहाडे सामने लैके आईए। सो कुछ टैक्नीकल इशूज करके बिजी स्कैड्यूल करके इस चीज़ में असीं जिहड़ा कंटिन्यू नहीं कर पाए, पर एक बार फिर तो असीं हुण अपने जिहड़े दर्शक साडे नाल जुड़ते हैं उन्होंने दस दिए जिन्हें साडा फेसबुक पेज नूं लाइक किया होया कि असी हुण इस नूं रैगुलर अपडेट करांगे। अपडेटिंग बहुत वड्डा सी पिछले 1.5 साल तो या 2 साल तो ओपन वर्क परमिट नूं लैके लोग बहुत ज़्यादा परेशान से कि ओपन वर्क परमिट के ग्रांट्स नहीं आ रहे, बहुत ज़्यादा डिले हो रहा है। सो अज 6-7 ग्रांट्स आए सी किसी साडे वीज़ा कंसल्टेंट दे, असीं उन्हां नूं अज लाइव तुहाडे नाल जोड़ांगे और उन्हां दा एक्सपीरियंस सांझा करांगे कि किन्ने समें बाद ग्रांट्स आए, की उन्हां दे सामने चुनौतियां सी इहनूं अप्रूव करवाउण लई, किस तरह की प्रॉब्लम्स आउंदियां ने जो ओपन वर्क परमिट की गल करते हैं। सो कैनेडा के वीज़ा आने शुरू हो गए हैं, ओपन वर्क परमिट्स आने शुरू हो गए हैं। सो मेरे नाल अज द इमीग्रेशन लॉन्च तो ICCRC मैंबर मिस्टर जतिन सानी जी हाजिर ने। जतिन जी बहुत बहुत स्वागत है जी। थैंक यू मनीष जी टू इनवाइटिंग अस ऑन योर शो एंड वी रियली एप्रीशिएट कि तुसीं इह चैनल एक माध्यम एस्टैबलिश किया जिदे थ्रू कि लोग अपनी जी गल है इमीग्रेशन के रिलेटिड जी भी न्यूज़ है तुहाडे नाल शेयर कर सकते हैं, तुहाडे व्यूअर्स नाल शेयर कर सकते हैं, ताकि उन्हां दी नॉलेज वाधा हो जी। सो जति जी, ग्रांट्स आए ने ओपन वर्क परमिट के, लंबे समय तो करीब 1.5 साल तो 2 साल तो लोग वेट कर रहे थे कोविड तो पहला दी कि ग्रांट्स आने बट फाइल्स बहुत ज्यादा सी, कोई हर एक बंदा हर एक माहर अपना तर्क दे रहा है कि ये ग्रांट्स क्यों नहीं आ रही सी। कोई कह रहा जी हूँ कैनेडा के वर्क परमिट जड़े ने ओपन वर्क परमिट वो नहीं आएंगे, वो हूँ बंद हो गए हैं। कोई कह रहा है कोविड करके फाइल्स बहुत ज्यादा पेंडिंग ने, इस करके ये जो ग्रांट्स नहीं आ रहे। सो ਤੁਹਾਡੇ ਕੋਲ ਜਾਨਣਾ ਚਾਹੂੰਗਾ ਕਿ ਇਹ ਜਿਹੜੇ ਕੇਸਿਸ ਜਿਨ੍ਹਾਂ ਦੇ ਵੀਜ਼ਾ ਗ੍ਰਾਂਟ ਆਏ ਨੇ ਇਹ ਕਿੰਨੇ ਸਮੇਂ ਤੋਂ ਪੈਂਡਿੰਗ ਸੀ ਐਮਬੈਸੀ ਦੇ ਵਿੱਚ, ਔਰ ਉਸ ਤੋਂ ਬਾਅਦ ਬੱਚਿਆਂ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਅੱਜ ਮਿਲਣ ਦੀ, ਲਾਈਵ ਇੰਟਰੈਕਟ ਕਰਨ ਦੀ ਕਿ ਗ੍ਰਾਂਟਸ ਲਈ ਕਿੰਨੀ ਕੁ ਉਹਨਾਂ ਨੂੰ ਵੇਟ ਕਰਨੀ ਪਈ, ਕਿਸ ਤਰ੍ਹਾਂ ਦੀਆਂ ਉਹਨਾਂ ਦੇ ਸਾਹਮਣੇ ਚੁਣੌਤੀਆਂ ਸੀ, ਡਿਫੀਕਲਟੀਜ਼ ਕੀ ਸੀ। ਸੋ ਮੈਂ ਤੁਹਾਡੇ ਕੋਲ ਚਾਹੂੰਗਾ ਕਿ ਜਾਨਣਾ ਕਿੰਨੇ ਸਮੇਂ ਬਾਅਦ ਇਹ ਗ੍ਰਾਂਟਸ ਜਿਹੜੇ ਆਏ ਨੇ। ਜੀ ਮਨੀਸ਼ ਜੀ, ਜਿਵੇਂ ਤੁਸੀਂ ਕੁਐਸਚਨ ਪੁੱਛਿਆ ਹੈਗਾ ਤੇ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਕੋਵਿਡ ਤੋਂ ਬਾਅਦ ਜਿੱਦਾਂ ਸਾਰੇ ਜਾਣਦੇ ਆ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਇੱਕ ਬਹੁਤ ਵੱਡਾ ਸੈਟਬੈਕ ਲੱਗਾ ਇਨ ਟਰਮਸ ਆਫ ਕਿ ਡਿਸੀਜਨ ਆਨੇ ਬੰਦ ਹੋ ਗਏ ਸੀਗੇ, ਸਟੱਡੀ ਪਰਮਿਟ ਤੋਂ ਲੈ ਕੇ ਵਿਜ਼ਟਰ ਵੀਜ਼ਾ ਤੋਂ ਲੈ ਕੇ ਅਤੇ ਓਪਨ ਵਰਕ ਪਰਮਿਟ ਜਿਹੜੇ ਐਪਲੀਕੈਂਟ ਸੀਗੇ ਉਹ ਵੀ ਇਸ ਚੀਜ਼ ਨੂੰ ਫੇਸ ਕਰਨਾ ਪਿਆ ਉਹਨਾਂ ਨੂੰ ਵੀ ਇਸ ਸਭ ਚੀਜ਼ ਦੇ ਵਿੱਚ। ਅਤੇ ਜਿਹੜੇ ਇਹ ਡਿਸੀਜਨ ਸਾਨੂੰ ਰਿਸੀਵ ਹੋਏ ਨੇ ਆਲਮੋਸਟ ਡਿਸੀਜਨ ਲਗਭਗ ਅਰਾਊਂਡ 1 ਸਾਲ ਤੋਂ ਬਾਅਦ ਦੀ ਵੇਟ ਤੋਂ ਬਾਅਦ ਇਹਨਾਂ ਲੋਕਾਂ ਨੂੰ ਡਿਸੀਜਨ ਮਿਲੇ ਹੈ, ਯਾਨੀ ਕਿ ਇਹ ਜਿਹੜੇ ਡਿਸੀਜਨ ਨੇ ਇਹ ਅਕਤੂਬਰ 2020 ਤੋਂ ਲੈ ਕੇ ਅਤੇ ਆਲਮੋਸਟ ਫੈਬਰੀ 2021 ਤੱਕ ਦੀ ਫਾਈਲਸ ਨੇ ਜਿਨ੍ਹਾਂ ਨੂੰ ਕਿ ਇਹ ਡਿਸੀਜਨਸ ਹੁਣ ਪਾਸਪੋਰਟ ਰਿਕੁਐਸਟ ਮਿਲੀਆਂ ਨੇ ਅਤੇ ਜਾਂ ਇਹਨਾਂ ਦੇ ਵੀਜ਼ਾ ਸਟੈਂਪ ਹੋ ਚੁੱਕੇ ਨੇ। ਅਤੇ ਇਸ ਪੂਰੇ ਦੌਰਾਨ ਦੇ ਵਿੱਚ ਕਾਫੀ ਸਾਰੇ ਚੈਲੇਂਜਸ ਵੀ ਆਏ ਸੀਗੇ, ਜਿਵੇਂ ਕਾਫੀ ਜਿਹੜੇ ਐਪਲੀਕੈਂਟ ਸੀਗੇ ਜਦੋਂ ਉਹਨਾਂ ਦੀ ਵਾਈਫ ਨੇ ਆਪਣੇ ਸਟੱਡੀ ਵੀਜ਼ੇ 'ਤੇ ਸੀਗੀਆਂ ਅਤੇ ਇਹਨਾਂ ਦੀ ਫਾਈਲ ਸਬਮਿਟ ਹੋਈਆਂ ਅਤੇ ਡਿਊਰਿੰਗ ਇਹ ਸਾਰੇ ਟੈਨਿਓਰ ਦੇ ਦੌਰਾਨ ਉਹਨਾਂ ਦੀ ਸਟੱਡੀ ਖਤਮ ਹੋ ਗਈ, ਦੈਨ ਉਹਨਾਂ ਦੇ ਸਟੇਟਸ ਚੇਂਜ ਹੋ ਗਏ। ਸੋ ਇਹ ਸਾਰੇ ਚੈਲੇਂਜਸ ਵੀ ਕਾਫੀ ਫੇਸ ਕਰਨੇ ਪਏ, ਬਟ ਫਾਈਨਲੀ ਹੁਣ ਸਾਰਾ ਓਪਨ ਅਪ ਹੋ ਰਿਹਾ ਹੈ। ਜਿਵੇਂ ਰੀਸੈਂਟਲੀ ਇਮੀਗ੍ਰੇਸ਼ਨ ਮਿਨਿਸਟਰ ਨੇ ਆਪਣੀ ਅਨਾਊਂਸਮੈਂਟ ਕੀਤੀ ਸੀਗੀ ਕਿ ਉਹਨਾਂ ਨੇ ਐਡੀਸ਼ਨਲ ਵਰਕ ਫੋਰਸ ਨੂੰ ਲਗਾਇਆ, ਅਰਾਊਂਡ 500 ਉਹਨਾਂ ਨੇ ਸਟਾਫ ਐਡੀਸ਼ਨਲ ਅਪੁਆਇੰਟ ਕੀਤਾ ਹੈਗਾ ਟੂ ਹੈਂਡਲ ਟੈਂਪਰਰੀ ਕਲਾਸ ਐਪਲੀਕੇਸ਼ਨ ਸਪੈਸ਼ਲੀ। ਸੋ ਨਾਓ ਵੀ ਆਰ ਸੀਇੰਗ ਦਾ ਰਿਜ਼ਲਟਸ, ਆਊਟਕਮ ਆਉਣੇ ਸ਼ੁਰੂ ਹੋ ਗਏ ਨੇ। ਸੋ ਵੀ ਆਰ ਹੋਪਫੁਲ ਕਿ ਆਉਣ ਵਾਲੇ 5-6 ਮਹੀਨੇ 'ਚ ਸਾਰੇ ਡਿਸੀਜਨ ਆਲਮੋਸਟ ਕਲੀਅਰ ਹੋ ਜਾਏਗਾ ਬੈਕਲੋਗ ਜੀ। ਸੋ ਕੁਛ ਕੰਸਲਟੈਂਟਸ ਨੇ ਸੋਸ਼ਲ ਮੀਡੀਆ ਜਾ ਕੇ ਜਾਂ ਵੱਖ ਵੱਖ ਮਾਧਿਅਮ ਰਾਹੀਂ ਇਹ ਅਨਾਊਂਸਮੈਂਟਸ ਕਰਨੇ ਸ਼ੁਰੂ ਕਰ ਦਿੱਤੇ ਕਿ ਹੁਣ ਜਿਹੜੇ ਇਹ ਓਪਨ ਵਰਕ ਪਰਮਿਟ ਦੇ ਗ੍ਰਾਂਟਸ ਹੈ ਜਿਹੜੇ ਇਹ ਨਹੀਂ ਆਉਣਗੇ, ਇਹ ਬੰਦ ਹੋ ਗਏ ਆ। ਸੋ ਕੀ ਕਹਿਣਾ ਚਾਹੋਗੇ ਉਸ ਤੇ? ਦੇਖੋ ਜੀ, ਨਤੀਜੇ ਤੁਹਾਡੇ ਸਾਹਮਣੇ ਨੇ, ਇਹ ਸਾਰੇ ਜਿਹੜੇ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਸਾਰੇ ਓਪਨ ਵਰਕ ਪਰਮਿਟ ਦੇ ਡਿਸੀਜਨ ਨੇ। ਸੋ ਇਹਨਾਂ ਡਿਸੀਜਨਸ ਤੋਂ ਇਲਾਵਾ ਵੀ ਬਹੁਤ ਸਾਰੇ ਇਹੋ ਜਿਹੇ ਐਪਲੀਕੈਂਟਸ ਨੇ ਜਿਨ੍ਹਾਂ ਨੂੰ ਰਿਕੁਆਇਰਮੈਂਟਸ ਆਈਆਂ ਨੇ, ਠੀਕ ਹੈ, ਟੂ ਸਬਮਿਟ ਦੀਅਰ ਡਾਕੂਮੈਂਟਸ। ਜੇ ਅਸੀਂ ਥੋੜ੍ਹਾ ਜਿਹਾ ਪਿੱਛੇ ਜਾਈਏ, ਆਲਮੋਸਟ ਸਪਟੰਬਰ 2021 ਦੇ ਵਿੱਚ ਇਮੀਗ੍ਰੇਸ਼ਨ ਨੇ, ਇਮੀਗ੍ਰੇਸ਼ਨ ਕੈਨੇਡਾ ਨੇ ਇੱਕ ਬਹੁਤ ਵੱਡਾ ਅਪਡੇਟ ਰਿਲੀਜ਼ ਕੀਤਾ ਸੀਗਾ, ਜਿਹਦੇ ਅੰਦਰ ਉਹਨਾਂ ਨੇ ਸਪੈਸ਼ਲੀ ਸਪਾਊਜ਼ਲ ਓਪਨ ਵਰਕ ਪਰਮਿਟ ਜਿਹੜੀ ਕੈਟੇਗਰੀ ਹੈ C41 ਉਹਦੇ ਰਿਲੇਟਡ ਕੁਛ ਉਹਨਾਂ ਨੇ ਚੇਂਜਿਸ ਅਨਾਊਂਸ ਕੀਤੇ ਸੀਗੇ ਕਿ ਜਿਹੜੇ ਐਪਲੀਕੈਂਟਸ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਕਿਸੇ ਵੀ ਟਾਈਮ 'ਤੇ ਕੋਈ ਸਪੈਸੀਫਿਕ ਡਾਕੂਮੈਂਟਸ ਰਿਕੁਐਸਟ ਕਰ ਸਕਦੀ ਹੈ ਰਿਲੇਟਿਡ ਟੂ ਦੇਅਰ ਮੈਰਿਟਲ ਸਟੇਟਸਿਸ, ਰਿਲੇਟਿਡ ਟੂ ਦੇਅਰ ਇੰਪਲਾਇਮੈਂਟ ਸਟੇਟਸਿਸ ਇਨ ਕੈਨੇਡਾ। ਸੋ ਉੱਦਾਂ ਹੀ ਹੋ ਵੀ ਰਿਹਾ ਹੈ, ਜਿਹੜੇ ਵੀ ਹੁਣ ਐਪਲੀਕੈਂਟ ਜਿਨ੍ਹਾਂ ਦੀ ਵੀ ਕਿਊ 'ਚ ਸੀਗੀਆਂ ਫਾਈਲਾਂ, ਜਾਂ ਤਾਂ ਉਹਨਾਂ ਨੂੰ ਕਿਸੇ ਤਰੀਕੇ ਦੀ ਡਾਕੂਮੈਂਟ ਰਿਕੁਐਸਟ ਆ ਰਹੀ ਹੈ, ਸਪੈਸ਼ਲੀ ਉਹਨਾਂ ਨੇ ਮੈਰਿਜ ਦੇ ਐਵੀਡੈਂਸਿਸ ਮੰਗੇ ਜਾ ਰਹੇ, ਜਾਂ ਫਿਰ ਉਹਨਾਂ ਦੀ ਜਿਹੜੀ ਨੌਕ ਬੀ ਜਾਂ ਨੌਕ ਓ ਦੀ ਇੰਪਲਾਇਮੈਂਟ ਹੈਗੀ ਕੈਨੇਡਾ 'ਚ, ਉਹਦੇ ਰਿਲੇਟਿਡ ਉਹਨਾਂ ਨੂੰ ਡਾਕੂਮੈਂਟਸ ਮੰਗੇ ਜਾ ਰਹੇ ਆ, ਉਹਨਾਂ ਦੀ ਪੇ ਸਟਬਸ ਮੰਗੀਆਂ ਜਾ ਰਹੀਆਂ ਨੇ। ਸੋ ਇੱਦਾਂ ਕੁਛ ਨਹੀਂ ਹੈਗਾ ਕਿ ਓਪਨ ਓਪਨ ਨਹੀਂ ਆਉਣੇ ਹੈ। ਸੋ ਡਿਸੀਜਨਸ ਬਹੁਤ ਜਲਦੀ ਤੁਹਾਡੇ ਸਾਹਮਣੇ ਆਉਣਗੇ, ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਸਾਡੇ ਨਾਲ ਡਿਸੀਜਨਸ ਪੋਜ਼ਿਟਿਵ ਸਾਡੇ ਨਾਲ ਆਉਂਦੇ ਆ ਉਹ ਤੁਹਾਡੇ ਚੈਨਲ ਦੇ ਥਰੂ ਅਸੀਂ ਸ਼ੇਅਰ ਵੀ ਕਰਾਂਗੇ ਦਰਸ਼ਕਾਂ ਨਾਲ।
जी। और मैं चाहूंगा कि थोड़े जिहड़े जलंधर, इस टाइम तुसीं कैनेडा तो साडे नाल जुड़े हुए हो लाइव, मैं चाहूंगा कि जलंधर ऑफिस तो लोकेश मेहता जी साडे नाल जुड़ चुके हैं तुहाडे द इमीग्रेशन लॉन्च तो, उन्होंने भी उन्होंने एक्सपीरियंस सांझे कर लिए। सो लोकेश, तुहाडा बहुत बहुत स्वागत है जी इस शो दे विच। थैंक यू मुनीश जी ते फेसबुक दे माध्यम राहीं सारे दर्शकों नूं प्यार भरी सत श्री अकाल जी मेरी। जी सो लोकेश जी, तुसीं जलंधर दफ्तर देख रहे हो, जलंधर ऑफिस देख रहे हो इत्थे द इमीग्रेशन लॉन्च दा, और बहुत सारे पंजाब दे बच्चे सी जिन्होंने द इमीग्रेशन लॉन्च राहीं अप्लाई कीता सी। तो लंबे समय तो वेट कर रहे थे, जिवें मैं जतन जी उन्होंने गल कर रहा कि बच्चे काफी समय तो केसेस अपने अप्लाई करके वेट कर रहे थे कि ओपन वर्क परमिट, साडा साडा जिहड़ा मेन एप्लीकेंट ओह कैनेडा दे विच, साडा ओपन वर्क परमिट बहुत जल्दी आ जाऊगा, बट ड्यू टू कोविड ये बहुत ज्यादा स्टक हो गए, बहुत ज्यादा लेट हो गए। सो बच्चों ने किन्नी की इंक्वायरी सी कि लेट हो रहे हैं, कुछ कंसल्टेंट्स ने आके नेगेटिव करना भी शुरू करता कि ओपन वर्क परमिट ग्रांट्स नहीं आएंगे हुण। सो किस तरह के चैलेंजेस तुहानू फेस करने पैंदे ने बच्चों लैके? सर चैलेंजेस बहुत सके, बच्चा मतलब बहुत बच्चे डिसअपॉइंटेड सके, साल साल 1.5 साल हो गया जी बच्चों के विआह नूं ते एक दूसरे नूं हसबैंड वाइफ अलग अलग रह रहे हैं। ते सेकंड चीज़ ये सी कि बच्चों की उत्थे स्टूडेंट वीजे ते गए, स्टडी खत्म हो रही है तो उन्होंने ये बहुत डाउट सके कि हुण पता नहीं साडा वीज़ा लगना है कि सानू रिफ्यूजल मिलनी है कनेडियन गवर्नमेंट तो, यहो जी बहुत साडे लई चैलेंजिंग क्वेश्चन सके। बट फाइनली वीज़ा आने शुरू हो गए, रिजल्ट आने शुरू हो गए, असी भी हैप्पी बच्चे जी। जी सो जतन जी, चैलेंजेस कहड़े कहड़े से तुहाडे सामने? मैंने सुनना चाहिए कि बहुत सारी रिक्वायरमेंट्स भी आई हैं इस वारी, किसी दे कुछ चीज़ मांग ली गई, किसी दी कुछ चीज़ मांग ली गई, उहदे बारे थोड़ा जानकारी दो, फिर मैं चाहूंगा कि उस तो बाद स्टूडेंट्स नूं असीं नाल जिहड़ा इस प्रोग्राम दे विच लैके आईए और उहनां दे एक्सपीरियंस वी उहनां नाल साझे करिए। मनीष जी, जिहड़े मेजर चैलेंजेस या जिहड़े कि मेन रिक्वायरमेंट्स तुसीं गल कर रहे हो सर, वो मेजरली सीगियां उन्होंने मैरिटल रिलेशनशिप्स नूं लैके, जिवें बिकॉज गैप ज़्यादा होने करके इमीग्रेशन ऑफिसर ने डॉक्यूमेंट्स मंगे उन्हों के कम्यूनीकेशन नूं लैके, कि वैदर दे आर स्टिल इन कम्यूनीकेशन और नॉट, है ना। तो वो अपने वट्सएप के कम्यूनीकेशन, अपने फेसबुक के, तुम अपने लाइव स्क्रीनशॉट शेयर कर सकते थे। उस तो अलावा जिवें मैं पहला गल की सी इंप्लॉयमेंट नूं लैके, बिकॉज पहला की हुंदा सीगा ਤੁਸੀਂ ਆਪਣੀ ਸਪਾਊਸਲ ਓਪਨ ਵਰਕਮੈਂਟ ਐਪਲੀਕੇਸ਼ਨ ਤੋਂ ਸਬਮਿਟ ਕਰਦੇ ਸੀਗੇ, ਤੁਹਾਨੂੰ 3 ਪੇ ਸਟਬਸ ਦੇਣੀਆਂ ਜ਼ਰੂਰੀ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਤੁਹਾਡਾ ਡਿਸੀਜਨ ਆ ਜਾਂਦਾ ਸੀਗਾ। ਬਟ ਬਿਕੋਜ਼ ਆਫ ਦਿਸ ਗੈਪ ਇਮੀਗ੍ਰੇਸ਼ਨ ਆਫੀਸਰ ਜਾਂ ਜਿਹੜਾ ਵੀ ਕੰਸਰਨਡ ਆਫਿਸ ਹੈਗਾ ਫਾਈਲਾਂ ਨੂੰ ਦੇਖਦਾ ਹੈਗਾ, ਉਹਨਾਂ ਦੇ ਮਾਈਂਡ 'ਚ ਓਬਵੀਅਸਲੀ ਡਾਊਟ ਸੀਗਾ ਕਿ ਵੈਦਰ ਜਿਹੜਾ ਸਪਾਊਸ ਇਨ ਕੈਨੇਡਾ ਹੈਗਾ ਕਿ ਉਹ ਸਟਿਲ ਇੰਪਲੋਇਡ ਹੈਗਾ ਕੈਨੇਡਾ 'ਚ ਜਾਂ ਨਹੀਂ ਹੈਗਾ ਇੰਪਲੋਇਡ, ਠੀਕ ਹੈ। ਉਸ ਤੋਂ ਇਲਾਵਾ ਕਿਆ ਜਿਹੜਾ ਸਟੱਡੀ ਸਟੇਟਸ ਹੈ, ਜਿਹੜਾ ਸਟੂਡੈਂਟ ਉੱਥੇ ਸਟੱਡੀ ਕਰ ਰਿਹਾ ਹੈਗਾ, ਕਿਆ ਉਹਦੀ ਸਟੱਡੀ ਸਟਿਲ ਕੰਟੀਨਿਊਡ ਹੈਗੀ ਹੈ ਜਾਂ ਨਹੀਂ ਹੈਗੀ ਹੈ। ਸੋ ਇਹ ਇਸ ਤਰੀਕੇ ਦਾ ਚੈਲੰਜ ਹੈ ਕਿ ਜਿਨ੍ਹਾਂ ਲੋਕਾਂ ਨੂੰ ਜੇ ਰਿਫਿਊਜ਼ਲ ਰਿਸੀਵ ਹੋ ਵੀ ਰਹੀ ਹੈ, ਸੋ ਉਹਨਾਂ ਨੂੰ ਮੈਂ ਇਹ ਐਡਵਾਈਸ ਦੇਣਾ ਚਾਹੁੰਦਾ ਕਿ ਜੇ ਤੁਹਾਡਾ ਆਉਣ ਵਾਲੇ 2-3 ਮਹੀਨੇ ਦੇ ਵਿਚਕਾਰ ਤੁਹਾਡੀ ਸਟੱਡੀ ਜੇ ਖਤਮ ਹੋ ਰਹੀ ਹੈ, ਸੋ ਯੂ ਸ਼ੁੱਡ ਬੀ ਕੇਅਰਫੁਲ ਇਨਫ ਕਿ ਤੁਸੀਂ ਇਮੀਡੀਏਟਲੀ ਆਪਣੀ ਨੌਕ ਵੀ ਦੀ ਇੰਪਲੋਇਮੈਂਟ ਬਾਰੇ ਕੁਝ ਹੱਥ ਪੈਰ ਮਾਰਨਾ ਸ਼ੁਰੂ ਕਰੋ, ਸੋ ਦੈਟ ਕਿ ਜੇ ਤੁਹਾਡਾ ਸਟੱਡੀ ਵੀਜ਼ਾ ਖਤਮ ਹੋ ਰਿਹਾ ਹੈ, ਤੁਹਾਡਾ ਕੋਰਸ ਖਤਮ ਹੋ ਰਿਹਾ ਹੈ, ਤੇ ਤੁਹਾਡੇ ਸਪਾਊਸ ਦੀ ਜਿਹੜੀ ਐਪਲੀਕੇਸ਼ਨ ਕੈਟੇਗਰੀ ਹੈ ਉਹਨੂੰ ਫਰੋਮ ਸਟੱਡੀ ਪਰਮਿਟ ਹੋਲਡਰ, ਸਪਾਊਸ ਆਫ ਅ ਸਟੱਡੀ ਪਰਮਿਟ ਹੋਲਡਰ ਟੂ ਅ ਵਰਕ ਪਰਮਿਟ ਹੋਲਡਰ ਦੀ ਕੈਟੇਗਰੀ 'ਚ ਚੇਂਜ ਕਰਨ ਵਾਸਤੇ ਸਾਨੂੰ ਡੈਫੀਨਿਟਲੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੈ। ਜੇ ਤੁਹਾਡੀ ਸਟੱਡੀ ਖਤਮ ਹੋਣ ਤੋਂ ਬਾਅਦ ਵਿੱਚ ਟਾਈਮ ਗੈਪ ਪੈ ਗਿਆ, ਸੋ ਦੇਅਰ ਆਰ ਚਾਂਸਸ ਕਿ ਤੁਹਾਡਾ ਡਿਸੀਜਨ ਨੈਗੇਟਿਵ ਆ ਸਕਦਾ ਹੈ। ਦੀਸ ਆਰ ਸਮ ਚੈਲੰਜਸ। ਇੱਕ ਚੀਜ਼ ਦੱਸੋ ਕਿ ਅਕਸਰ ਇਹ ਕਹਿੰਦੇ ਕਿ ਜੇਕਰ ਓਪਨ ਵਰਕ ਪਰਮਿਟ ਤੇ ਅਪਲਾਈ ਕਰਨਾ ਤਾਂ ਮੇਨ ਐਪਲੀਕੈਂਟ ਜਦੋਂ ਕੈਨੇਡਾ ਚਲ ਜਾਂਦਾ ਹੈ ਉਹ 4 ਮਹੀਨੇ ਜਾਂ 6 ਮਹੀਨੇ ਬਾਅਦ ਆਪਣੇ ਡਿਪੈਂਡੈਂਟ ਨੂੰ ਉੱਥੇ ਬੁਲਾ ਸਕਦਾ ਓਪਨ ਵਰਕ ਪਰਮਿਟ ਤੇ। ਹੁਣ ਕੋਵਿਡ ਤੋਂ ਬਾਅਦ ਗ੍ਰਾਂਟ ਸਾਨੂੰ ਵੇਖਣ ਨੂੰ ਨਹੀਂ ਮਿਲੇ, ਬਹੁਤ ਸਾਰੇ ਬੱਚੇ ਉੱਥੇ ਗਏ ਸੀ, ਉਹਨਾਂ ਦੇ ਕੋਰਸਿਸ ਆਲਮੋਸਟ ਖਤਮ ਹੋਣ ਵਾਲੇ ਨੇ, ਕੋਈ ਸਟੂਡੈਂਟ ਵੀਜ਼ਾ ਤੋਂ ਵਰਕ ਪਰਮਿਟ ਤੇ ਵੀ ਆ ਗਿਆ। ਸੋ ਹੁਣ ਜਿਹੜੇ ਆਲਰੇਡੀ ਤੇ ਵਰਕ ਪਰਮਿਟ ਤੇ ਬੈਠੇ ਨੇ ਕੀ ਵੀ ਉਹ ਹਜੇ ਵੀ ਆਪਣੇ ਡਿਪੈਂਡੈਂਟ ਨੂੰ ਬੁਲਾ ਸਕਦੇ ਨੇ ਓਪਨ ਵਰਕ ਪਰਮਿਟ ਤੇ? ਡੈਫੀਨਿਟਲੀ ਮਨੀਸ਼ ਜੀ, ਜਿਹੜੀ ਇੱਕ ਕੈਟੇਗਰੀ ਸਪੈਸਿਫਿਕ ਹੈ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੀ C41 ਕੈਟੇਗਰੀ ਹੈ, ਜਿਹਦੇ ਅੰਦਰ ਕੀ ਜਿਹੜੇ ਓਪਨ ਵਰਕ ਪਰਮਿਟ ਹੋਲਡਰ, ਯਾਨੀ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਜ਼ ਅ ਕਾਈਂਡ ਆਫ ਓਪਨ ਵਰਕ ਪਰਮਿਟ। ਸੋ ਇਹ ਜਿੰਨੇ ਵੀ ਉੱਥੇ ਬੈਠੇ ਸਪਾਊਸਿਸ ਨੇ, ਜੇ ਉਹਨਾਂ ਕੋਲ ਐਟਲੀਸਟ ਨੌਕ ਬੀ ਦੀ ਜੌਬ ਹੈ ਤੇ ਉਹਨਾਂ ਕੋਲ ਆਪਣਾ ਰੈਗੂਲਰ ਇੰਪਲੋਇਮੈਂਟ 'ਚ ਹੈ, ਉਹਨਾਂ ਦਾ ਵਰਕ ਪਰਮਿਟ ਐਟਲੀਸਟ 6 ਮਹੀਨੇ ਵਾਸਤੇ ਵੈਲਿਡ ਹੈ, ਸੋ ਦੇ ਕੈਨ ਸਟਿਲ ਅਪਲਾਈ ਫਾਰ ਦਾ ਓਪਨ ਵਰਕ ਪਰਮਿਟ ਆਫ ਦੇਅਰ ਸਪਾਊਸਿਸ ਇਨ ਇੰਡੀਆ ਔਰ ਜਿੱਥੇ ਵੀ ਉਹ ਹੈਗੇ ਆ, ਠੀਕ ਹੈ ਜੀ। ਸੋ ਜਤਿਨ ਜੀ, ਮੈਂ ਚਾਹੂੰਗਾ ਕਿ ਹੁਣ ਜਿਹੜੇ ਆਲਰੇਡੀ ਸਟੂਡੈਂਟਸ ਨੇ ਓਪਨ ਵਰਕ ਪਰਮਿਟ ਗ੍ਰਾਂਟ ਜਿਨ੍ਹਾਂ ਦੇ ਆ ਚੁੱਕੇ ਨੇ, ਮੈਂ ਉਹਨਾਂ ਨੂੰ ਇੱਕ ਇੱਕ ਕਰਕੇ ਲਾਈਵ ਤੇ ਲਵਾਂ ਔਰ ਉਹਨਾਂ ਦੇ ਐਕਸਪੀਰੀਅੰਸ ਵੀ ਸਾਂਝੇ ਕਰੀਏ, ਐਟਲੀਸਟ ਉਹਨਾਂ ਬੱਚਿਆਂ ਤੱਕ ਉਹਨਾਂ ਦੀ ਆਵਾਜ਼ ਪਹੁੰਚ ਸਕੇ ਜਿਹੜੇ ਹਜੇ ਵੀ ਡਰੇ ਹੋਏ ਨੇ ਕਿ ਪਤਾ ਨਹੀਂ ਕਿਤੇ ਸਾਡਾ ਜਿਹੜਾ ਓਪਨ ਵਰਕ ਪਰਮਿਟ ਅਸੀਂ ਲਾਇਆ ਹੋਇਆ ਕਿਤੇ ਉਹ ਰਿਫਿਊਜ਼ ਹੀ ਨਾ ਹੋ ਜਾਏ। ਸੋ ਸਾਡੇ ਨਾਲ ਸੰਦੀਪ ਸਿੰਘ ਜੁੜ ਚੁੱਕੇ ਨੇ। ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ੋਅ ਦੇ ਵਿੱਚ। ਸੰਦੀਪ ਜੀ, ਆਪਣਾ ਮਾਈਕ ਆਨ ਕਰ ਲਓ ਤਾਂ ਕਿ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਪਾਏ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮੁਬਾਰਕਾਂ ਜੀ। ਜਿਹੜਾ ਗ੍ਰਾਂਟ ਆਇਆ ਤੁਹਾਡਾ, ਐਕਸਪੀਰੀਅੰਸ ਕਿਵੇਂ ਦਾ ਰਿਹਾ ਦਾ ਇਮੀਗ੍ਰੇਸ਼ਨ ਲਾਂਚ ਦੇ ਨਾਲ, ਕਿੰਨਾ ਕੁ ਸਮਾਂ ਵੇਟ ਕਰਨੀ ਪਈ
ਔਰ ਡਰ ਕਿੰਨਾ ਸੀ ਜਦੋਂ ਕੰਸਲਟੈਂਟ ਦੇ ਗੱਲਾਂ ਸੁਣਦੇ ਸੀ ਕਿ ਲਓ ਜੀ ਹੁਣ ਵਰਕ ਪਰਮਿਟ ਆਉਣੇ ਬੰਦ ਹੋ ਗਏ, ਓਪਨ ਵਰਕ ਪਰਮਿਟ ਲੱਗਣੇ ਨਹੀਂ ਆ, ਹੁਣ ਸਪਾਊਸ ਵੀਜ਼ੇ ਜਿਹੜੇ ਨਹੀਂ ਆਉਣੇ, ਆਪਣਾ ਐਕਸਪੀਰੀਅੰਸ ਸਾਂਝਾ ਕਰੋ ਸਾਡੇ ਨਾਲ। ਸਰ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੇਰਾ, ਤਕਰੀਬਨ 1.5 ਸਾਲ ਬਾਅਦ ਅਪਰੂਵਲ ਆਈ ਹੈ ਅਤੇ ਸਾਰਿਆਂ ਨੇ ਬਹੁਤ ਮੈਨੂੰ ਗਾਈਡ ਕੀਤਾ, ਮੈਮ ਹੋਣਾ ਗਾਇਤਰੀ ਮੈਮ, ਲੋਕੇਸ਼ ਸਰ, ਮੈਂ ਬਹੁਤ ਵਧੀਆ ਮੋਟੀਵੇਟ ਕੀਤਾ। ਡਰ ਬਹੁਤ ਸੀਗਾ ਕਿਉਂਕਿ ਰਿਫਿਊਜ਼ਲਸ ਬਹੁਤ ਆ ਰਹੀਆਂ ਸੀਗੀਆਂ, ਫਾਇਲ ਬਲਕ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ, ਤੇ ਡਰ ਸੀਗਾ, ਪੇਰੈਂਟਸ ਵੀ ਡਿਪਰੈਸ ਸੀਗੇ ਕਿ ਪਤਾ ਨਹੀਂ ਕੀ ਗਾੜੀ ਹੋਏਗਾ ਜਾਂ ਨਹੀਂ। ਫਿਰ ਵੀ ਚਲੋ ਮੈਂ ਆਪਣਾ ਬਹੁਤ ਸਾਥ ਦਿੱਤਾ, ਮੋਟੀਵੇਟ ਕੀਤਾ ਤੇ ਮਿਹਨਤ ਦਾ ਫਲ ਪਾਇਆ ਜੀ। ਔਰ ਤੁਹਾਡੇ ਵਾਈਫ ਜਿਹੜੇ ਉਹ ਕੈਨੇਡਾ ਕਦੋਂ ਗਏ ਸੀ? ਉਹ ਸਰ 2020 ਚ ਗਏ ਸੀ ਜੈਨ ਵਿੱਚ, ਬਾਅਦ ਵਿੱਚ ਕਰੋਨਾ ਦੇ ਕਾਰਨ ਫਾਈਲ ਮੇਰੀ ਅਨਾਊਂਸਮੈਂਟ ਚ ਅਕਤੂਬਰ ਵਿੱਚ ਹੋਈ ਸੀ। ਓਕੇ, ਜਨਵਰੀ ਚ ਹੋ ਗਏ ਸੀ ਔਰ ਅਕਤੂਬਰ ਚ ਤੁਹਾਡੀ ਫਾਈਲ ਲਾਂਚ ਹੋਈ ਸੀ ਜੀ, ਆਲਮੋਸਟ 8-9 ਮਹੀਨੇ ਬਾਅਦ ਤੁਹਾਡੀ ਫਾਈਲ ਦੀ ਲਾਂਚ ਕੀਤੀ। ਔਰ ਤੁਸੀਂ ਕਹਿ ਰਹੇ 1.5 ਸਾਲ ਤੁਸੀਂ ਵੇਟ ਕੀਤੀ, 1.5 ਸਾਲ ਦੇ ਵਿੱਚ ਕਦੀ ਮਨ ਚ ਇੱਦਾਂ ਨਹੀਂ ਆਇਆ ਕਿ ਯਾਰ ਮੈਂ ਗਲਤੀ ਕਰ ਲਈ ਦਾ ਇਮੀਗ੍ਰੇਸ਼ਨ ਲਾਂਚ ਨੂੰ ਫਾਈਲ ਦੇ ਕੇ? ਨੋ ਡਾਊਟ ICCRC ਮੈਂਬਰ ਨੇ ਫਰੰਟ ਹੈਡ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ, ਹਰ ਇੱਕ ਰੂਲਸ ਤੋਂ ਉਹ ਜਾਣੂ ਨੇ। ICCRC ਮੈਂਬਰ ਅਸੀਂ ਹਰ ਵਾਰ ਕਹਿੰਦੇ ਹਾਂ ਕਿ ਵਚਨਬੱਧ ਹੁੰਦਾ ਆਪਣੀ ਕਮਿਟਮੈਂਟਸ ਤੇ, ਉਹ ਆਨਸਰੇਬਲ ਹੁੰਦਾ ਹੈ ਗਵਰਨਮੈਂਟ ਨੂੰ। ਸੋ ਕਦੀ ਇਹਦਾ ਡਰ ਨਹੀਂ ਲੱਗਾ ਕਿ ਯਾਰ ਮੈਂ ਗਲਤ ਬੰਦੇ ਨੂੰ ਫਾਈਲ ਦੇਤੀ, 1.5 ਸਾਲ ਹੋ ਗਿਆ ਮੇਰੀ ਅਪਰੂਵਲ ਹੀ ਨਹੀਂ ਆ ਰਹੀ, ਕਿਤੇ ਨਾ ਹੋਵੇ ਮੇਰੀ ਵਾਈਫ ਦੀ ਸਟੱਡੀ ਵੀ ਕੰਪਲੀਟ ਹੋ ਜਾਏ ਤੇ ਮੈਨੂੰ ਹਜੇ ਵੀ ਮੇਰਾ ਵੀਜ਼ਾ ਨਾ ਮਿਲੇ। ਨਹੀਂ ਸਰ, ਇਸ ਤਰ੍ਹਾਂ ਪਹਿਲਾਂ 6 ਮੰਥ ਤੇ ਮੈਂ ਜਲੰਧਰ ਆਫਿਸ ਸੀਗਾ ਤੇ ਉੱਥੇ ਜਾਣਾ ਥੋੜਾ ਬਡਾਲੇ ਤੋਂ ਮੈਨੂੰ ਕਾਫੀ ਮੈਂ ਟਾਈਮ ਘੱਟ ਬਚ ਜਾਂਦਾ ਸੀਗਾ ਤੇ ਥੋੜਾ ਮੈਨੂੰ ਵੀ ਹੁੰਦਾ ਸੀਗਾ ਕਿ ਮੈਨੂੰ ਕੁਛ ਅਪਡੇਟਸ ਨਹੀਂ ਮਿਲਦੀਆਂ। ਫਿਰ ਆਫਿਸ ਬਟਾਲਾ ਆਉਣ ਕਰਕੇ ਮੈਂ ਵੀਕਲੀ ਇੱਥੇ ਵਿਜ਼ਿਟ ਕਰ ਲੈਂਦਾ ਸੀਗਾ, ਸਾਹਿਬ ਹੁਣੀ ਮੈਨੂੰ ਪ੍ਰੋਪਰ ਗਾਈਡ ਕਰ ਦਿੰਦੇ ਸੀਗੇ ਕਿ ਗਾੜੀ ਇਸ ਤਰ੍ਹਾਂ ਮਤਲਬ ਆਹ ਪ੍ਰੋਸੈਸ ਚੱਲ ਰਿਹਾ ਜਾਂ ਐਵੇਂ ਕਰਨਾ ਚਾਹੀਦਾ ਜਾਂ ਐਵੇਂ ਨਹੀਂ ਕਰਨਾ ਚਾਹੀਦਾ। ਇਸ ਕਰਕੇ ਥੋੜਾ ਮੈਨੂੰ ਮਤਲਬ ਕਿ ਮੋਟੀਵੇਟ ਹੀ ਰੱਖਿਆ ਇਹਨਾਂ ਨੇ, ਮੈਨੂੰ ਥੋੜਾ ਜ਼ਿਆਦਾ ਮੈਨੂੰ ਪ੍ਰੋਬਲਮ ਨਹੀਂ ਆਈ। ਸੋ ਮਨੀਸ਼ ਜੀ, ਸੰਦੀਪ ਦੇ ਕੇਸ ਸਟੱਡੀ ਖਤਮ ਹੋਣ ਦੇ ਨਾਲ ਰਿਫਿਊਜ਼ਲ ਨਹੀਂ ਆਏਗੀ। ਸੋ ਅਸੀਂ ਟਾਈਮਲੀ ਐਕਸ਼ਨ ਲਿਆ, ਇਹਨਾਂ ਦੀ ਵਾਈਫ ਨੇ ਵੀ ਟਾਈਮਲੀ ਆਪਣੀ ਜੋਬ ਲੱਭੀ ਤੇ ਅਸੀਂ ਉਹਨਾਂ ਦੀ ਕੈਟੇਗਰੀ ਫਰੋਮ ਜਿਵੇਂ ਪਹਿਲਾਂ ਕਿਹਾ ਸੀਗਾ ਸਪਾਊਸ ਆਫ ਅ ਸਟੱਡੀ ਪਰਮਿਟ ਹੋਲਡਰ ਟੂ ਸਪਾਊਸ ਆਫ ਅ ਵਰਕ ਪਰਮਿਟ ਹੋਲਡਰ ਅਸੀਂ ਟਾਈਮਲੀ ਚੇਂਜ ਕਰਾਤੀ ਹੈ ਤੇ ਅਲਟੀਮੇਟਲੀ ਪੋਜ਼ਿਟਿਵ ਡਿਸੀਜਨ ਸਾਹਮਣੇ ਹੈਗਾ। ਅੱਛਾ, ਜਦੋਂ ਇੱਕ ਚੀਜ਼ ਹੋਰ ਦੱਸੋ, ਚਲੋ ਸਵਾਲਾਂ ਦੇ ਵਿੱਚੋਂ ਸਵਾਲ ਨਿਕਲਦੇ ਨੇ, ਹੁਣ ਜਿਵੇਂ ਇਹਨਾਂ ਦੇ ਵਾਈਫ ਤੁਸੀਂ ਕਹਿ ਰਹੇ ਵੀ ਆਲਰੇਡੀ ਵਰਕ ਪਰਮਿਟ ਤੇ ਉਹਨਾਂ ਉੱਥੇ, ਹੁਣ ਸੰਦੀਪ ਜੀ ਨੂੰ ਕਿੰਨੇ ਸਮੇਂ ਦਾ ਵੀਜ਼ਾ ਮਿਲੂਗਾ ਔਰ ਜਦੋਂ ਇਹਨਾਂ ਦੀ ਵਾਈਫ ਵਰਕ ਪਰਮਿਟ ਤੋਂ ਬਾਅਦ PR ਪਾਉਣਗੇ ਤੇ ਕੀ ਸੰਦੀਪ ਦੀ ਆਟੋਮੈਟਿਕਲੀ ਨਾਲ ਹੀ PR ਹੋ ਜਾਊਗੀ ਇਹਨਾਂ ਨੂੰ ਅਲੱਗ ਫਾਈਲ ਲਾਉਣੀ ਪਊਗੀ? ਸਰ, ਸੰਦੀਪ ਨੂੰ ਜਿਹੜਾ ਵਰਕ ਪਰਮਿਟ ਮਿਲੇਗਾ ਉਹ ਇਹਨਾਂ ਨੂੰ ਜੂਨ 2024 ਤੱਕ ਮਿਲੇਗਾ, ਬਿਕੋਜ਼ ਇਹਨਾਂ ਦੀ ਵਾਈਫ ਦਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਉਹ ਜੂਨ 2024 ਤੱਕ ਵੈਲਿਡ ਹੈਗਾ। ਸੋ ਜਦੋਂ ਉਹਨਾਂ ਦੀ PR ਦੀ ਐਲੀਜੀਬਿਲਟੀ ਬਣ ਜਾਏਗੀ ਇਹਨਾਂ ਦੀ ਵਾਈਫ ਦੀ ਕੈਨੇਡਾ ਦੇ ਅੰਦਰ, ਸੋ ਆਟੋਮੈਟਿਕਲੀ ਸੰਦੀਪ ਦੀ ਜਿਹੜੀ PR ਦੀ ਐਪਲੀਕੇਸ਼ਨ ਹੈ ਉਹਨਾਂ ਦੇ ਨਾਲ ਹੀ ਅਪਲਾਈ ਹੋਏਗੀ, ਬਿਕੋਜ਼ ਸੰਦੀਪ ਕੈਨੇਡਾ ਦੇ ਵਿਚਕਾਰ ਇੱਕ ਲੀਗਲ ਸਟੇਟਸ ਤੇ ਹੋਣਗੇ ਉਸ ਟਾਈਮ ਤੇ। ਸੋ ਇਹਨਾਂ ਦੋਵਾਂ ਦੀ PR ਇਕੱਠੀ ਹੋਏਗੀ। ਸੰਦੀਪ, ਤੁਸੀਂ ਟ੍ਰੈਵਲ ਕਦੋਂ ਕਰ ਰਹੇ ਹੋ ਕੈਨੇਡਾ? ਟ੍ਰੈਵਲ ਸਾਹਿਬ ਮੈਂ ਆਫਟਰ 15 ਡੇਜ਼ ਸ਼ਾਇਦ ਕਰ ਲਵਾਂ ਕਿਉਂਕਿ ਥੋੜਾ ਇੱਥੇ ਵੀ ਤਿਆਰੀ ਵਗੈਰਾ ਕਰਨੀ ਹੈ, ਇਸ ਕਰਕੇ 15 ਡੇਜ਼ ਦੇ ਅੰਦਰ ਮੈਂ ਟ੍ਰੈਵਲ ਕਰ ਸਕਦਾ। ਤੇ ਇੱਕ ਵਾਰ ਦਰਸ਼ਕਾਂ ਨੂੰ ਆਪਣੀ ਸੰਦੀਪ ਦੀ ਵੀਜ਼ਾ ਕਾਪੀ ਦਿਖਾ ਦਈਏ ਜੀ ਆਪਾਂ। ਜੀ ਡੈਫੀਨਿਟਲੀ ਡੈਫੀਨਿਟਲੀ ਜੀ, ਸੰਦੀਪ ਦਾ ਵੀਜ਼ਾ ਤੇ 30/6/2024 ਦਾ ਵੀਜ਼ਾ ਕੇ ਜੀ ਮੈਂ ਥੋੜਾ ਜਿਹਾ ਹੋਰ ਕੈਮਰੇ ਤੇ ਕਲੋਜ਼ ਕਰੋ, ਲੋਕੇਸ਼ ਜੀ ਕੈਮਰੇ ਥੋੜਾ ਜਿਹਾ ਹੋਰ ਕਲੋਜ਼ ਕਰੋ ਵੀਜ਼ਾ ਤਾਂ ਕਿ ਸਾਰੇ ਦਰਸ਼ਕ ਸਾਡੇ ਦੇਖ ਪਾਉਣ। ਜੀ ਸੰਦੀਪ ਜੀ, ਹੁਣ ਤੁਹਾਨੂੰ ਕੀ ਹੋ ਗਿਆ ਕਿ ਤੁਹਾਡਾ ਵੀਜ਼ਾ ਸਟਾਰਟ ਹੋ ਚੁੱਕਾ? ਕੀ ਸਰ, ਦੁਬਾਰਾ 6/2024 ਤੱਕ ਵੈਲਿਡਿਟੀ ਹੈ ਵੀਜ਼ੇ ਦੀ? 2024 ਦਾ। ਸੰਦੀਪ ਜੀ ਹੁਣ ਹੁਣ ਤਸੱਲੀ ਹੋ ਗਈ ਆਪਣਾ ਵੀਜ਼ਾ ਪਾਸਪੋਰਟ ਦੇਖ ਕੇ ਕਿ ਹਾਂ ਮੇਰਾ ਵੀਜ਼ਾ ਗ੍ਰਾਂਟ ਹੋ ਚੁੱਕਾ ਹੈ? ਜੀ ਸਰ, ਮੇਰਾ ਐਕਚੁਅਲੀ ਪਾਸਪੋਰਟ ਹੀ ਮੇਰਾ 23 ਡੇਜ਼ ਦੇ ਬਾਅਦ ਆਇਆ, ਮੇਰਾ ਪਾਸਪੋਰਟ ਸਬਮਿਟ ਹੋਣ ਤੋਂ ਬਾਅਦ ਵੀ ਮੈਂ ਡਰ ਗਿਆ ਸੀਗਾ ਕਿ ਇੰਨੇ ਦਿਨ ਲੱਗ ਗਿਆ, ਪਤਾ ਨਹੀਂ ਕੀ ਆਇਆ ਹੋਏਗਾ, ਮੈਂ ਕੋਈ ਤਿਆਰੀ ਨਹੀਂ ਕੀਤੀ, ਸਭ ਕੁਝ ਬੰਦ ਕਰਤਾ ਉੱਥੇ ਕਿ ਪਤਾ ਨਹੀਂ ਕੀ ਹੋਣਾ, ਪਾਸਪੋਰਟ ਨਹੀਂ ਆ ਰਿਹਾ, ਤਾਂ ਇਸ ਕਰਕੇ ਥੋੜਾ ਅੱਜ ਪਾਸਪੋਰਟ ਆਉਣ ਕਰਕੇ ਥੋੜਾ ਜਿਹਾ ਮੈਂ ਖੁਸ਼ ਹੋਇਆ ਕਿ ਤਿਆਰੀ ਕਰਨੀ ਸ਼ੁਰੂ ਕੀਤੀ। ਤੁਸੀਂ ਬਾਬਾ ਜੀ ਦੇ ਮੱਥਾ ਟੇਕੋ ਸੰਦੀਪ ਜੀ ਜਾ ਕੇ ਤੇ ਲਓ ਜੀ ਅਨਮੋਲ ਤੁਹਾਡੀ ਵੀਜ਼ਾ ਦੀ ਕਾਪੀ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਅੱਛਾ ਅਨਮੋਲ ਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਕਿਹੜੇ ਪਿੰਡ ਸ਼ਹਿਰ ਤੋਂ? ਸਰ ਮੈਂ ਕੋਦਰ ਤੋਂ ਬਿਲੋਂਗ ਕਰਦਾ ਜੀ।
ਨਕੋਦਰ ਤੋਂ ਜੀ ਸੌਰੀ ਸੰਦੀਪ ਜੀ ਤੁਹਾਨੂੰ ਨਹੀਂ ਪੁੱਛ ਪਾਇਆ ਤੁਸੀਂ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਜੀ ਮੈਂ ਸਰ ਬਟਾਲਾ ਸਿੱਖ ਤੋਂ ਤੁਸੀਂ ਬਟਾਲੇ ਤੋਂ ਜੀ ਸੋ ਨਕੋਦਰ ਤੋਂ ਤੁਸੀਂ ਅਨਮੋਲ ਦੀ ਬਿਲੋਂਗ ਕਰਦੇ ਤੁਸੀਂ ਕਿੰਨਾ ਸਮਾਂ ਪਹਿਲਾਂ ਫਾਈਲ ਲਾਈ ਸੀ ਸਰ ਮੈਂ ਲਾਈ ਸੀਗੀ ਫਾਈਲ ਇਹ ਨਵੰਬਰ 2022 ਦੇ 2020 ਦੇ ਵਿੱਚ 2020 ਦਾ ਯਾਨੀ ਆਲਮੋਸਟ ਤੁਹਾਡਾ ਵੀ ਡੇਢ ਸਾਲ ਜਿਹੜਾ ਉਹ ਹੋਈ ਗਿਆ ਫਾਈਲ ਲਾਈ ਨੂੰ ਹਾਂਜੀ ਸਰ ਲਗਭਗ ਡੇਢ ਸਾਲ ਹੋ ਗਿਆ ਸਰ ਜੀ ਸੋ ਉਮੀਦ ਸੀ ਕਿ ਡੇਢ ਸਾਲ ਬਾਅਦ ਵੀਜ਼ਾ ਗ੍ਰਾਂਟ ਹੋ ਜਾਏਗਾ ਸਰ ਉਮੀਦ ਤਾਂ ਬਿਲਕੁਲ ਹੀ ਖਤਮ ਹੋ ਚੱਲੀ ਸੀ ਬਸ ਤੇ ਥੈਂਕ ਯੂ ਇਮੀਗ੍ਰੇਸ਼ਨ ਲੌਂਜ ਵਾਲਿਆਂ ਦਾ ਤੇ ਇਹਨਾਂ ਨੇ ਫਾਈਲ ਜਿਸ ਤਰੀਕੇ ਨਾਲ ਆਈ ਕਿ ਬਹੁਤ ਵਧੀਆ ਗਾਈਡੈਂਸ ਜਤਿਨ ਸਰ ਬਹੁਤ ਵਧੀਆ ICRC ਮੈਂਬਰ ਤੇ ਗਾਇਤਰੀ ਮੈਡਮ ਨੇ ਬਹੁਤ ਵਧੀਆ ਗਾਈਡ ਕੀਤਾ ਲੋਕੇਸ਼ ਸਰ ਨੇ ਰਿਤੂ ਮੈਮ ਨੇ ਸਾਰਾ ਬਹੁਤ ਵਧੀਆ ਸਟਾਫ ਹੈ ਇਹਨਾਂ ਦਾ ਅੱਛਾ ਅਨਮੋਲ ਜੀ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਕੋਈ ਕੋਈ ਪ੍ਰੋਬਲਮ ਫੇਸ ਕਰਨੀ ਪਈ ਡਿਊਰਿੰਗ ਇਹ ਡੇਢ ਸਾਲ ਜਾਂ ਫਿਰ ਜਦੋਂ ਫਾਈਲ ਤੁਸੀਂ ਸਬਮਿਸ਼ਨ ਕਰਵਾ ਰਹੇ ਸੀ ਕੋਈ ਪ੍ਰੋਬਲਮ ਆਈ ਹੋਵੇ ਤੁਹਾਨੂੰ ਪ੍ਰੋਬਲਮ ਸਰ ਨਹੀਂ ਸਰ ਕੋਈ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਆਈ ਤੇ ਜਦੋਂ ਵੀ ਸਰ ਕੋਈ ਡਾਊਟ ਹੁੰਦਾ ਸੀਗਾ ਮਨ ਦੇ ਵਿੱਚ ਤੇ ਗਾਇਤਰੀ ਮੈਮ ਆ ਕੇ ਮਿਲ ਲੈਂਦੇ ਸੀਗੇ ਤੇ ਉਹ ਸਾਰਾ ਡੱਬ ਬਹੁਤ ਮੋਟੀਵੇਟ ਕਰਦੇ ਸੀਗੇ ਹਾਂਜੀ ਸਰ ਤੇ ਇਸ ਕਰਕੇ ਮਤਲਬ ਕੋਈ ਇੰਨੀ ਪ੍ਰੋਬਲਮ ਨਹੀਂ ਕੋਈ ਆਈ ਜੀ ਸੋ ਬਹੁਤ ਸਾਰੇ ਕੰਸਲਟੈਂਟ ਨਾ ਵੱਖ ਵੱਖ ਸੋਸ਼ਲ ਮੀਡੀਆ 'ਤੇ ਆ ਕੇ ਟੀਵੀ ਚੈਨਲ 'ਤੇ ਆ ਕੇ ਕਹਿੰਦੇ ਨਹੀਂ ਜੀ ਹੁਣ ਜੀ ਕੈਨੇਡਾ ਦਾ ਓਪਨ ਵਰਕ ਪਰਮਿਟ ਲੱਗਣੇ ਬੰਦ ਹੋ ਗਏ ਆ ਉਦੋਂ ਡਰ ਨਹੀਂ ਆਉਂਦਾ ਸੀ ਕਿ ਮੈਂ ਗਲਤੀ ਕਰ ਲਈ ਅਪਲਾਈ ਕਰਕੇ ਸਰ ਹਾਂਜੀ ਉਹ ਪਿੱਛੇ ਜੇ ਸੁਣਨ ਨੂੰ ਆਉਂਦਾ ਸੀਗਾ ਕਾਫੀ ਬੰਦ ਹੋ ਗਿਆ ਸਰ ਫਿਰ ਵੀ ਸੋਚਦੇ ਸੀਗੇ ਜੇ ਫਾਈਲ ਲੱਗੀ ਹੋਈ ਹੈ ਕੋਈ ਡਿਸੀਜਨ ਨਹੀਂ ਆਇਆ ਤੇ ਇਹਦੇ ਪਿੱਛੇ ਕੋਈ ਨਾ ਕੋਈ ਪੋਜ਼ਿਟਿਵਿਟੀ ਆਉਂਦੀ ਸੀਗੀ ਮਨ ਦੇ ਵਿੱਚ ਕਿ ਕੋਈ ਨਹੀਂ ਡਿਸੀਜਨ ਦੇ ਰਹੇ ਤੇ ਇਹਦਾ ਮਤਲਬ ਕੋਈ ਨਾ ਕੋਈ ਤਾਂ ਰੀਜ਼ਨ ਹੋਏਗਾ ਇਹਦੇ ਪਿੱਛੇ ਤੇ ਬਸ ਇਹੀ ਸੋਚ ਗਈ ਸਰ ਮਤਲਬ ਆਪਣੇ ਆਪ ਨੂੰ ਹੌਸਲਾ ਦੇ ਰਹਿੰਦੇ ਸੀਗੇ ਵੀ ਚਲੋ ਵੀਜ਼ਾ ਆਏਗਾ ਕਦੀ ਨਾ ਕਦੀ ਤਾਂ ਆਏਗਾ ਚਲੋ ਬਹੁਤ ਬਹੁਤ ਮੁਬਾਰਕਾਂ ਦ ਇਮੀਗ੍ਰੇਸ਼ਨ ਟੀਮ ਲੌਂਚ ਵੱਲੋਂ ਮੇਰੇ ਵੱਲੋਂ ਔਰ ਸਭ ਦਰਸ਼ਕਾਂ ਵੱਲੋਂ ਜਿਹੜੇ ਦੇਖ ਰਹੇ ਨੇ ਉਮੀਦ ਕਰਦੇ ਬਹੁਤ ਜਲਦੀ ਤੁਸੀਂ ਕੈਨੇਡਾ ਟਰੈਵਲ ਕਰੋਗੇ ਆਪਣੇ ਜੀਵਨ ਸਾਥੀ ਨੂੰ ਜੀ ਇਹਨਾਂ ਦਾ ਇੱਕ ਕੇਸ ਸਾਡੇ ਲਈ ਬਹੁਤ ਚੈਲੰਜਿੰਗ ਸੀਗਾ ਕਿਉਂਕਿ ਇਹਨਾਂ ਦੇ ਕੇਸ ਦੇ ਵਿੱਚ ਮੈਂ ਉਹੀ ਪੁੱਛਣਾ ਉਹੀ ਪੁੱਛਣਾ ਚਾਹ ਰਿਹਾ ਕਿ ਇਹਨਾਂ ਦੇ ਅਨਮੋਲ ਜੀ ਦੇ ਕੇਸ ਦੇ ਵਿੱਚ ਚੈਲੰਜਸ ਕੀ ਰਹੇ ਅਨਮੋਲ ਜੀ ਤੁਸੀਂ ਆਪ ਦੱਸੋਗੇ ਤਾਂ ਬੈਟਰ ਹੋਏਗਾ ਬਿਕੋਜ਼ ਤੁਹਾਨੂੰ ਪਤਾ ਤੁਹਾਡਾ ਕੇਸ ਕਿੰਨਾ ਚੈਲੰਜਿੰਗ ਸੀਗਾ ਤੁਹਾਡੇ ਰਿਫਿਊਜ਼ਲ ਤੋਂ ਇਲਾਵਾ ਹੈ ਨਾ ਤੁਹਾਡਾ ਬਿਕੋਜ਼ ਇਹ ਯੂਕੇ ਇਹਨਾਂ ਦਾ ਕੁਝ ਟਾਈਮ ਦਾ ਓਵਰ ਸਟੇ ਵੀ ਸੀਗਾ ਸੋ ਅਨਮੋਲ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ ਜਦੋਂ ਸਾਡੇ ਕੋਲ ਆਏ ਸੀਗੇ ਤੇ ਇਹ ਕਾਫੀ ਜਗ੍ਹਾ ਹੋ ਕੇ ਆਏ ਸੀਗੇ ਅਨਮੋਲ ਜੀ ਦੱਸੋ ਪਲੀਜ਼ ਅਨਮੋਲ ਜੀ ਆਵਾਜ਼ ਪਹੁੰਚ ਪਾ ਰਹੀ ਤੁਹਾਡੇ ਤੱਕ ਮੈਂ ਦੱਸਦਾ ਇੱਕ ਆਵਾਜ਼ ਨਹੀਂ ਜਾ ਰਹੀ ਤਾਂ ਅਨਮੋਲ ਜੀ ਕਾਫੀ ਲੋਕਾਂ ਨੂੰ ਵਿਜ਼ਿਟ ਕਰਕੇ ਆਏ ਸੀਗੇ ਸੋ ਇਹਨਾਂ ਦਾ ਜਿਹੜਾ ਫੀਅਰ ਸੀਗਾ ਕਿ ਇਹਨਾਂ ਦੀ ਪਾਸ ਕੈਨੇਡਾ ਦੀ ਇੱਕ ਰਿਫਿਊਜ਼ਲ ਸੀਗੀ ਪਹਿਲਾਂ ਵਿਜ਼ਿਟਰ ਦੀ ਤੋ ਉਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਮੈਰਿਜ ਸੀਗੀ ਉਹ ਜਿਵੇਂ 1 ਦਸੰਬਰ ਨੂੰ ਇਹਨਾਂ ਦੀ ਮੈਰਿਜ ਹੋਈ ਹੈ ਤੇ ਸਟੱਡੀ ਵੀਜ਼ਾ ਅਪਰੂਵ ਹੋਇਆ ਸੀਗਾ 13 ਦਸੰਬਰ ਨੂੰ ਸੋ ਬਹੁਤ ਘੱਟ ਟਾਈਮ ਸੀਗਾ ਯਾਨੀ ਕਿ ਜਦੋਂ ਇਹਨਾਂ ਦੀ ਵਾਈਫ ਨੇ ਐਪਲੀਕੇਸ਼ਨ ਸਬਮਿਟ ਕੀਤੀ ਸਿੰਗਲ ਐਪਲੀਕੈਂਟ ਸੀ ਇਹਨਾਂ ਦੇ ਵਾਈਫ ਉਸ ਟਾਈਮ ਤੇ ਸੋ ਇਹ ਵੀ ਇੱਕ ਚੈਲੰਜ ਲੱਗਦਾ ਕਈ ਵਾਰੀ ਮਾਇੰਡ 'ਚ ਕਿ ਜਦੋਂ ਮੇਰੀ ਫਾਈਲ ਸਬਮਿਟ ਹੋਈ ਹੈ ਮੇਰੇ ਵਾਈਫ ਸਿੰਗਲ ਸੀਗੇ ਉਸ ਤੋਂ ਬਾਅਦ ਮੇਰਾ ਮੈਰਿਜ ਹੋ ਗਈ ਉਹ ਅਪਡੇਟ ਕਿੱਦਾਂ ਗਿਆ ਇਮੀਗ੍ਰੇਸ਼ਨ ਨੂੰ ਸੋ ਵੀ ਹੈਂਡਲਡ ਈਚ ਐਂਡ ਐਵਰੀਥਿੰਗ ਕੇਅਰਫੁਲੀ ਤੇ ਉਸ ਤੋਂ ਇਲਾਵਾ ਜਿਹੜਾ ਯੂਕੇ ਵਾਲਾ ਇਹਨਾਂ ਦਾ ਸਿਨੈਰੀਓ ਸੀਗਾ ਥੋੜ੍ਹਾ ਉਹਦੇ ਕਰਕੇ ਵਰਿਡ ਸੀਗੇ ਬਟ ਅਸੀਂ ਹਰ ਚੀਜ਼ ਡਿਕਲੇਅਰ ਕੀਤੀ ਅਸੀਂ ਪੋਜ਼ਿਟਿਵਲੀ ਹਰ ਚੀਜ਼ ਪੂਰੀ ਟਰਾਂਸਪੇਰੈਂਸੀ ਨਾਲ ਫਾਈਲ ਸਬਮਿਟ ਕੀਤੀ ਹੈ ਇਮੀਗ੍ਰੇਸ਼ਨ ਨੂੰ ਸੋ ਫਾਈਨਲੀ ਇਹਨਾਂ ਨੂੰ ਵੀ ਡਿਸੀਜਨ ਪੋਜ਼ਿਟਿਵ ਗ੍ਰਾਂਟ ਹੋਇਆ ਜੀ ਜੀ ਅਨਮੋਲ ਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਹੁਣ ਸਾਡੇ ਨਾਲ ਰਸ਼ਮੀ ਤਿਵਾਰੀ ਜੀ ਅਸੀਂ ਇਹਨਾਂ ਨੂੰ ਜੁਆਇਨ ਕਰਾਂਗੇ ਉਹਨਾਂ ਦਾ ਐਕਸਪੀਰੀਅੰਸ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦ ਇਮੀਗ੍ਰੇਸ਼ਨ ਲਾਂਚ ਨਾਲ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੋ ਰਸ਼ਮੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਜੀ ਸੋ ਤੁਸੀਂ ਆਪਣਾ ਐਕਸਪੀਰੀਅੰਸ ਸਾਂਝਾ ਕਰੋ ਸਭ ਤੋਂ ਪਹਿਲਾਂ ਦੱਸੋ ਕਿਹੜੇ ਪਿੰਡ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਕਰੇ ਨਾਲ ਮੇਰੀ ਜੋ ਸ਼ਾਦੀ ਹੋਈ ਜਲੰਧਰ ਮੇ ਹੋਈ ਹੈ ਵੈਸੇ ਬੇਸਿਕਲੀ ਮੇਰਾ ਬੋਰਨ ਐਂਡ ਬ੍ਰਾਟ ਅਪ ਦਿੱਲੀ ਹੈ ਓਕੇ ਔਰ ਤੁਹਾਡੀ ਫਾਈਲ ਸਬਮਿਟ ਹੋਈ ਨੂੰ ਕਿੰਨਾ ਸਮਾਂ ਹੋਇਆ ਸੀ ਮੇਰੀ ਜੋ ਫਾਈਲ ਸਬਮਿਟ ਹੋਈ ਸੀ ਉਹ 26 ਅਕਤੂਬਰ 2020 ਮੇ ਹੋਈ ਸੀ ਐਂਡ ਪ੍ਰੋਬੇਬਲੀ 2 ਇਅਰਸ ਤੋਂ ਹੋ ਚੁੱਕਿਆ ਹੈ ਮੈਨੂੰ ਓਕੇ ਜੀ 2 ਸਾਲ ਤੁਹਾਡੇ ਹੋ ਚੁੱਕੇ ਔਰ ਤੁਹਾਡੇ ਜਿਹੜੇ ਮੇਨ ਐਪਲੀਕੈਂਟ ਤੁਹਾਡੇ ਹਸਬੰਡ ਸੀ ਜਿਹੜੇ ਉੱਥੇ ਕੈਨੇਡਾ ਚ ਗਏ ਨੇ ਜੀ ਜੀ ਔਰ ਉਹ ਕਿਹੜੇ ਸਾਲ ਚ ਟਰੈਵਲ ਕੀਤੇ ਸੀ ਉੱਥੇ ਕੈਨੇਡਾ ਉਹ 12 ਮਾਰਚ 2020 ਨੂੰ ਉਹਨਾਂ ਨੇ ਟਰੈਵਲ ਕੀਤਾ ਸੋ ਤੁਹਾਨੂੰ ਕੋਈ ਇਮੀਗ੍ਰੇਸ਼ਨ ਲਾਉਂਜ ਨੂੰ ਜਦੋਂ ਤੁਸੀਂ ਕੇਸ ਸਬਮਿਟ ਕਰਵਾਇਆ
काउंसलिंग ਲਈ ਹੋਏਗੀ ਉਸ ਤੋਂ ਬਾਅਦ ਕੇਸ ਸਬਮਿਟ ਕਰਵਾਤਾ ਤਾਂ ਕੇਸ ਪ੍ਰੋਸੈਸ ਹੋ ਗਿਆ ਸੋ ਜਦ ਤੱਕ ਤੁਹਾਡਾ ਵੀਜ਼ਾ ਨਹੀਂ ਆ ਗਿਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ ਤਾਂ ਇਮੀਗ੍ਰੇਸ਼ਨ ਲਾਜ ਦੇ ਨਾਲ ਕੋਈ ਸਰਵਿਸ ਠੀਕ ਨਾ ਮਿਲੀ ਹੋਵੇ ਗਾਈਡੈਂਸ ਠੀਕ ਨਾ ਮਿਲੀ ਹੋਵੇ ਇਹ ਕੁਝ ਹੋਰ ਕਹਿੰਦੇ ਹੋਣ ਹੋਰ ਕੰਸਲਟੈਂਟ ਕੁਝ ਹੋਰ ਕਹਿੰਦੇ ਨੂੰ ਕਦੀ ਡਾਊਟ ਹੋਇਆ ਹੋਵੇ ਕਿ ਯਾਰ ਮੈਂ ਗਲਤੀ ਕਰ ਲਈ ਇੱਥੇ ਆ ਕੇ ਇੱਥੇ ਕੀ ਸਪਲਾਈ ਕਰਕੇ ਨਹੀਂ ਐਕਚੁਅਲੀ ਥੋੜਾ ਤੋਂ ਡਾਊਟ ਥਾ ਮੈਨੂੰ ਕਿਉਂਕਿ ਮੈਂ ਹਾਊਸਵਾਈਫ ਸੀ तो मुझे ये डाउट था कि मुझे वीजा मिलेगा कि नहीं मिलेगा इस चीज का मुझे डाउट था बट जब मैंने फाइल सबमिट की है तो उसके बाद मुझे कोई डाउट नहीं रहा क्योंकि उन्होंने मुझे काफी जतिन सर ने लोकेश सर रितु मैम गायत्री मैम सब ने मुझे इतनी अच्छी तरीके से गाइडेंस दी है कि मुझे किसी भी चीज में कोई प्रॉब्लम नहीं है हाँ थोड़ा वेट ज्यादा है बट कोई प्रॉब्लम नहीं है उस तरीके से ओके सो जतिन जी एक चीज मैंने दसो कि जिवें अक्सर असीं देखदे हां कि ਜਿਹੜਾ ਫੀਮੇਲ ਕੈਂਡੀਡੇਟ ਹੁੰਦਾ ਹੈ ਫੀਮੇਲ ਐਪਲੀਕੈਂਟ ਹੁੰਦਾ ਉਹ ਮੇਨ ਐਪਲੀਕੈਂਟ ਹੁੰਦਾ ਹੈ ਉਹਦਾ ਜਿਹੜਾ ਹਸਬੈਂਡ ਆ ਉਹ ਡਿਪੈਂਡੈਂਟ ਵੀਜ਼ੇ ਤੇ ਜਾਂਦਾ ਉੱਥੇ ਬਟ ਰਸ਼ਮੀ ਮੈਡਮ ਦੇ ਕੇਸ ਦੇ ਵਿੱਚ ਉਲਟਾ ਹੋ ਰਿਹਾ ਕਿ ਇਹਨਾਂ ਦੇ ਹਸਬੈਂਡ ਜਿਹੜੇ ਉੱਥੇ ਆਲਰੇਡੀ ਕੈਨੇਡਾ ਦੇ ਵਿੱਚ ਨੇ ਔਰ ਰਸ਼ਮੀ ਮੈਡਮ ਨੂੰ ਜਿਹੜਾ ਹੈ ਉਹ ਓਪਨ ਵਰਕ ਪਰਮਿਟ ਜਿਹੜਾ ਗ੍ਰਾਂਟ ਹੋਇਆ ਬਹੁਤ ਸਾਰੇ ਲੋਕ ਇੱਥੇ ਕਹਿੰਦੇ ਕਿ ਜੇਕਰ ਮੇਨ ਐਪਲੀਕੈਂਟ ਮੇਲ ਹੁੰਦਾ ਹੈ ਤਾਂ ਵਾਈਫ ਨੂੰ ਓਪਨ ਵਰਕ ਪਰਮਿਟ ਨਹੀਂ ਮਿਲਦਾ ਉਹ ਤਾਂ ਵਿਆਹ ਤੋਂ ਬਾਅਦ ਉਹਨਾਂ ਨੂੰ ਨਾਲ ਉਦਾਂ ਹੀ ਪੀਆਰ ਤੇ ਲੈ ਜਾਂਦੇ ਨੇ ਸੋ ਇਹ ਵੀ ਮੈਂ ਚਾਹੂੰਗਾ ਕਿ ਡਾਊਟ ਇੱਥੇ ਕਲੀਅਰ ਕਰੋ ਸਾਰਿਆਂ ਦਾ ਨਹੀਂ ਸਰ ਦੇਖੋ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਜੈਂਡਰ ਆਬਵੀਅਸਲੀ ਨਹੀਂ ਹੈਗਾ ਠੀਕ ਹੈ ਜੀ ਕੈਨੇਡਾ ਦੀ ਜੇ ਆਪਾਂ ਗੱਲ ਕਰੀਏ ਇਮੀਗ੍ਰੇਸ਼ਨ ਦੀ ਆਬਵੀਅਸਲੀ ਜੇ ਕਿਸੇ ਦਾ ਹਸਬੈਂਡ ਉੱਥੇ ਵਰਕ ਪਰਮਿਟ ਤੇ ਹੈਗਾ ਜਾਂ ਸਟੱਡੀ ਪਰਮਿਟ ਤੇ ਹੈ ਸੋ ਆਬਵੀਅਸਲੀ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਕੈਟੇਗਰੀ ਹੈ ਉਹ ਸਿਰਫ ਸਪਾਊਸ ਵਾਸਤੇ ਹੈ ਇਰਰੈਸਪੈਕਟਿਵ ਆਫ ਦਾ ਜੈਂਡਰ ਕਿ ਉਹ ਬੰਦਾ ਇੱਥੋਂ ਜਿਹੜਾ ਐਪਲੀਕੈਂਟ ਹੈ ਉਹ ਮੇਲ ਹੈ ਜਾਂ ਫੀਮੇਲ ਸੋ ਜਿਹੜੀ ਫਾਈਲ ਦੀ ਅਸੈਸਮੈਂਟ ਹੈਗੀ ਹੈ ਉਹ ਸਟ੍ਰਿਕਟਲੀ ਔਨ ਦਾ ਬੇਸਿਸ ਆਫ ਜਿਹੜੇ ਪੈਰਾਮੀਟਰਸ ਹੈ ਤੁਹਾਡੀ ਮੈਰਿਜ ਦੀ ਜੈਨੂਇਨਨੈਸ ਤੁਹਾਡੇ ਬੋਨਾਫਾਈਡਸ ਆਫ ਰਿਲੇਸ਼ਨਸ਼ਿਪ ਕੀ ਕਹਿੰਦੇ ਹੈਗੇ ਹੈ ਤੁਹਾਡੇ ਫਾਈਨੈਂਸ਼ੀਅਲ ਸਟੇਟਸ ਹੋਮ ਕੰਟਰੀ 'ਚ ਕੀ ਹੈਗਾ ਤੁਹਾਡਾ ਇੰਪਲੋਇਮੈਂਟ ਸਟੇਟਸ ਕੀ ਹੈਗਾ ਸੋ ਜਿਹੜੀ ਓਪਨ ਵਰਕਮੈਂਟ ਦੀ ਅਸੈਸਮੈਂਟ ਹੈਗੀ ਹੈ ਉਹ ਇਹਨਾਂ ਸਾਰਾ ਪੈਰਾਮੀਟਰਸ ਦੇ ਸਰਾਊਂਡਿੰਗ ਹੁੰਦੀ ਹੈ ਨਾ ਕਿ ਇਸ ਚੀਜ਼ ਦੀ ਸਰਾਊਂਡਿੰਗ ਹੁੰਦੀ ਹੈ ਕਿ ਤੁਹਾਡਾ ਜੈਂਡਰ ਕੀ ਹੈਗਾ ਠੀਕ ਹੈ ਸੋ ਰਸ਼ਮੀ ਮੈਡਮ ਨੇ ਜਿਸ ਤਰ੍ਹਾਂ ਐਕਸਪਲੇਨ ਕੀਤਾ ਰਸ਼ਮੀ ਹੋਰਾਂ ਨੇ ਕਿ ਇਹ ਹਾਊਸ ਵਾਈਫ ਸੀਗੇ ਸਟਿਲ ਇਹਨਾਂ ਦੇ ਮਾਇੰਡ 'ਚ ਡਾਊਟ ਸੀਗੇ ਕਿ ਮੈਂ ਬਿਕੋਜ਼ ਇੰਪਲੋਇਡ ਨਹੀਂ ਹੈਗੀ ਕਿਤੇ ਵੀ ਤਾਂ ਕੀ ਇਹਦਾ ਡਿਸੀਜ਼ਨ ਦਾ ਕੋਈ ਨੈਗੇਟਿਵ ਇੰਪੈਕਟ ਤਾਂ ਨਹੀਂ ਪਏਗਾ ਸੋ ਅਸੀਂ ਇਹਨਾਂ ਨੂੰ ਪ੍ਰੋਪਰਲੀ ਗਾਈਡ ਕੀਤਾ ਕਿ ਦੇਖੋ ਓਬਵੀਅਸਲੀ ਇੰਪਲੋਇਮੈਂਟ ਇਜ਼ ਵਨ ਆਫ ਦਾ ਪੈਰਾਮੀਟਰ ਬਟ ਬੀਇੰਗ ਅ ਫੀਮੇਲ ਐਪਲੀਕੈਂਟ ਓਬਵੀਅਸਲੀ ਵੀਜ਼ਾ ਆਫੀਸਰ ਚੀਜ਼ ਸਮਝਦਾ ਹੈਗਾ ਕਿ ਨਾਟ ਆਲ ਫੀਮੇਲਸ ਆਰ ਵਰਕਿੰਗ ਠੀਕ ਹੈ ਬਟ ਬਿਕੋਜ਼ ਇਹਨਾਂ ਦੇ ਜਿਹੜੇ ਮੈਰਿਟਲ ਬੇਸਿਸ ਸੀਗੇ ਇਹਨਾਂ ਦੇ ਰਿਲੇਸ਼ਨਸ਼ਿਪ ਦੇ ਬੇਸਿਸ ਸੀਗੇ ਉਹ ਜੈਨੂਇਨ ਸੀਗੇ ਜੈਨੂਇਨ ਮੈਰਿਜ ਸੀਗੀ ਠੀਕ ਹੈ ਸੋ ਇਟਸ ਮੋਰ ਅਬਾਊਟ ਜੈਨੂਇਨਨੈਸ ਆਫ ਰਿਲੇਸ਼ਨਸ਼ਿਪ ਰਦਰ ਦੈਨ ਅਦਰ ਫੈਕਟਰਸ ਸੋ ਇਹਨਾਂ ਦੇ ਕੇਸਿਸ ਦੇ ਵਿੱਚ ਕੋਈ ਐਸੇ ਚੈਲੰਜ ਆਏ ਹੋਣ ਜਿੱਥੇ ਤੁਹਾਨੂੰ ਲੱਗਾ ਹੋਵੇ ਕਿ ਨਹੀਂ ਇਹ ਬੜਾ ਕੰਪਲਿਕੇਟਡ ਜਿਹਾ ਕੇਸ ਹੈ ਸਰ ਦੇਖੋ ਨਾਰਮਲੀ ਜਿਹੜੇ ਕੇਸਿਸ ਆਉਂਦੇ ਹੈਗੇ ਚੈਲੰਜਿੰਗ ਕਈ ਵਾਰੀ ਸਾਨੂੰ ਕੇਸ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੇ 3-4 ਵਾਰੀ ਵਿਜ਼ਟਰ ਵੀਜ਼ਾ ਦੀ ਰਿਫਿਊਜ਼ਲ ਹੈਗੀ ਹੈ ਠੀਕ ਹੈ ਜਾਂ ਆਲਰੇਡੀ ਸਪਾਊਸਲ ਓਪਨ ਵਰਕਮੈਂਟ 1-2 ਵਾਰੀ ਰਿਫਿਊਜ਼ ਹੈਗਾ ਸੋ ਉਹਨਾਂ ਦੇ ਕੇਸਿਸ ਉਸ ਕੇਸਿਸ ਦੇ ਵਿੱਚ ਖਾਸ ਕਰਕੇ ਵਿਜ਼ਟਰ ਵੀਜ਼ਾ ਦੀ ਗੱਲ ਕਰਾਂਗਾ ਕਿ ਉਸ ਕੇਸ ਦੇ ਵਿੱਚ ਸਾਨੂੰ ਪਰਪਸ ਜਿਹੜਾ ਹੈਗਾ ਐਸਟੈਬਲਿਸ਼ ਕਰਨ 'ਚ ਥੋੜ੍ਹੀ ਜਿਹੀ ਦਿੱਕਤ ਇਹ ਆਉਂਦੀ ਹੈ ਕਿ ਬੰਦਾ ਦਾ ਪਰਪਸ ਪਹਿਲਾਂ ਵਿਜ਼ਟਰ ਵੀਜ਼ਾ ਅਪਲਾਈ ਕਰ ਚੁੱਕਾ 3-4 ਵਾਰੀ ਹੁਣ ਉਹ ਸਟੱਡੀ ਪਰਮਿਟ ਓਪਨ ਵਰਕਮੈਂਟ ਅਪਲਾਈ ਕਰ ਰਿਹਾ ਹੈਗਾ ਸੋ ਕੀ ਉਹਦੀ ਜੈਨੂਇਨ ਇੰਟੈਂਸ਼ਨਸ ਹੈਗੀਆਂ ਕਿ ਨਹੀਂ ਕਈ ਵਾਰੀ ਇੱਕ ਕੇਸ ਹੁੰਦਾ ਹੈ ਉਹਨੇ ਪਹਿਲਾਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਹੁੰਦਾ ਉਹ ਰਿਫਿਊਜ਼ ਹੁੰਦਾ 2 ਵਾਰੀ ਫਿਰ ਸਟੱਡੀ ਵੀਜ਼ਾ ਰਿਫਿਊਜ਼ ਹੁੰਦਾ ਹੈ ਦੈਨ ਓਪਨ ਵਰਕਮੈਂਟ ਐਪਲੀਕੇਸ਼ਨ ਦੀ ਵਾਰੀ ਆ ਜਾਂਦੀ ਹੈ ਸੋ ਦੀਜ਼ ਆਰ ਸਮ ਕਾਈਂਡ ਆਫ ਸਿਨੈਰੀਓਜ਼ ਕਿ ਜਿਹੜੇ ਚੈਲੰਜਿੰਗ ਹੁੰਦੇ ਆ ਉਸ ਤੋਂ ਇਲਾਵਾ ਮੈਂ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹਾਂਗਾ ਜਿਵੇਂ ਅੱਜ ਕੱਲ੍ਹ ਬਹੁਤ ਸਾਡੇ ਕੋਲ ਕੇਸਿਸ ਆਉਂਦੇ ਨੇ ਇਨਕੁਆਇਰੀਜ਼ ਆਉਂਦੇ ਨੇ ਜਿਹਦੇ ਵਿੱਚ ਕਿ ਐਪਲੀਕੈਂਟ ਕਹਿੰਦਾ ਹੈ ਕਿ ਜਦੋਂ ਸਾਡੀ ਵਾਈਫ ਨੇ ਆਪਣੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਸਬਮਿਟ ਕੀਤੀ ਸੀਗੀ ਅਸੀਂ ਹਾਲਾਂਕਿ ਇੱਕ ਜੈਨੂਇਨ ਮੈਰਿਜ ਸਾਡੀ ਹੋ ਚੁੱਕੀ ਸੀਗੀ ਬਟ ਏਜੰਟ ਨੇ ਸਾਡੇ ਏਜੰਟ ਨੇ ਮੇਰੀ ਵਾਈਫ ਦੀ ਐਪਲੀਕੇਸ਼ਨ ਐਜ਼ ਅ ਸਿੰਗਲ ਐਪਲੀਕੈਂਟ ਸਬਮਿਟ ਕੀਤੀ ਹੈ ਦਿਸ ਇਜ਼ ਅ ਵੈਰੀ ਕਾਮਨ ਸਿਨੈਰੀਓ ਜਦੋਂ ਮੈਂ ਲਾਸਟ ਟਾਈਮ ਇੰਡੀਆ ਸੀਗਾ ਮੇਰੇ ਕੋਲ ਐਟਲੀਸਟ 7-8 ਇਹੋ ਜਿਹੀ ਇਨਕੁਆਇਰੀਜ਼ ਆਈਆਂ ਸੀਗੀਆਂ ਸੋ ਮੈਂ ਇਹ ਇੱਥੇ ਕਲੀਅਰ ਕਰਨਾ ਚਾਹਾਂਗਾ ਕਿ ਜਿਹੜੇ ਵੀ ਲੋਕ ਇਸ ਤਰ੍ਹਾਂ ਦੀ ਪ੍ਰੈਕਟਿਸ 'ਚ ਇਨਵੋਲਵ ਨੇ ਸੋ ਇਹ ਕੰਪਲੀਟਲੀ ਬੇਸਲੈਸ ਪ੍ਰੈਕਟਿਸ ਹੈਗੀ ਹੈ ਇਸ ਪ੍ਰੈਕਟਿਸ ਦਾ ਕੋਈ ਫਾਇਦਾ ਨਹੀਂ ਹੈਗਾ ਬਿਕੋਜ਼ ਜੇ ਓਪਨ ਵਰਕ ਪਰਮਿਟ ਦੀ ਕੈਟੇਗਰੀ ਇਮੀਗ੍ਰੇਸ਼ਨ ਨੇ ਡਿਵੈਲਪ ਕੀਤੀ ਹੈ ਉਹਦਾ ਮਕਸਦ ਹੀ ਇਹ ਹੈਗਾ ਕਿ ਉਹ ਸਪਾਊਸਿਸ ਵਾਸਤੇ ਹੈਗੀ ਹੈ ਜੇ ਕੋਈ ਸਪਾਊਸ ਕੈਨੇਡਾ 'ਚ ਪੜ੍ਹਦਾ ਪਿਆ ਤਾਂ ਓਬਵੀਅਸਲੀ ਉਹਦਾ ਸਪਾਊਸ ਇੰਡੀਆ ਹੋਏਗਾ ਜਾਂ ਕਿਸੇ ਹੋਰ ਕੰਟਰੀ 'ਚ ਹੋਏਗਾ ਸੋ ਦਿਸ ਇਜ਼ ਕੰਪਲੀਟਲੀ ਇੱਕ ਬੇਸਲੈਸ ਪ੍ਰੈਕਟਿਸ ਹੈਗੀ ਹੈ ਕਿ ਤੁਸੀਂ ਸਪਾਊਸ ਨੂੰ ਉੱਥੇ ਸਿੰਗਲ ਸ਼ੋਅ ਕਰਕੇ ਫਾਈਲ ਸਬਮਿਟ ਕਰ ਰਹੇ ਹੋ ਸਟੱਡੀ ਪਰਮਿਟ ਦੀ ਜਿਹੜਾ ਕਿ ਕੰਪਲੀਟਲੀ ਗਲਤ ਹੈ ਤਾਂ ਨਹੀਂ ਕਰਨਾ ਚਾਹੀਦਾ ਜੀ ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੇ ਨਾਲ ਮਿਸਟਰ ਜਤਿਨ ਸਾਹਨੀ ਦਾ ਇਮੀਗ੍ਰੇਸ਼ਨ ਲਾਜ ਤੋਂ ਹਾਜ਼ਰ ਨੇ ਜੋ ਕਿ ICCRC ਮੈਂਬਰ ਨੇ ਔਰ ਹਰ ਵਾਰ ਕਹਿੰਦੇ ਕਿ ਜਦੋਂ ਕੈਨੇਡਾ ਕੇਸ ਅਪਲਾਈ ਕਰਨਾ ਹੈ ਕੋਈ ਕੱਚੀਤਾ ਕੇਸ ਆ ਟੈਕਨੀਕਲ ਕੇਸ ਆ ਤੇ ICCRC ਮੈਂਬਰ ਦੀ ਸਲਾਹ ਜ਼ਰੂਰ ਲਓ ICCRC ਮੈਂਬਰ ਕੋਲੋਂ ਹੀ ਆਪਣਾ ਕੇਸ ਜਿਹੜਾ ਦਰਜ ਕਰੋ ਸੋ ਸਰ ਇੱਕ ਹੋਰ ਸਟੂਡੈਂਟ ਕਹਿ ਸਕਦੇ ਹਾਂ ਕੈਂਡੀਡੇਟ ਕਹਿ ਸਕਦੇ ਹਾਂ ਐਪਲੀਕੈਂਟ ਕਹਿ ਸਕਦੇ ਹਾਂ ਰਸ਼ਮੀ ਦੀ ਇੱਕ ਹੋਰ ਵੀਜ਼ਾ ਕਾਪੀ ਦਿਖਾ ਦਿਓ ਜੀ ਡੈਫੀਨੇਟਲੀ ਜੀ ਮੈਂ ਚਾਹੂੰਗਾ ਰਸ਼ਮੀ ਜੀ ਵੀਜ਼ਾ ਕਾਪੀ ਦਿਖਾਓ ਫਿਰ ਉਸ ਤੋਂ ਬਾਅਦ ਆਪਾਂ ਸਰ ਨਾਲ ਇੱਕ ਹੋਰ ਸਟੂਡੈਂਟ ਜੁੜੇ ਨੇ ਜਿਨ੍ਹਾਂ ਨੇ ਦਾ ਇਮੀਗ੍ਰੇਸ਼ਨ ਜੀ ਰਸ਼ਮੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡਾ ਵੀਜ਼ਾ ਗ੍ਰਾਂਟ ਦੀਆਂ
ਬਹੁਤ ਦੂਰ ਤੋਂ ਕੇਸ ਅਪਲਾਈ ਕੀਤਾ ਬਹੁਤ ਦੂਰ ਤੋਂ ਮਤਲਬ ਮੇਰੇ ਖਿਆਲ ਚ ਲੋਕੇਸ਼ ਜੀ ਕੇਰਲ ਨੂੰ ਬਿਲੋਂਗ ਕਰਦੇ ਨੇ ਸ਼ਾਇਦ ਹਨਾ ਇਹ ਹਾਂਜੀ ਕੇਰਲ ਤੋਂ ਬਿਲੋਂਗ ਕਰਦੇ ਆ ਜੀ ਇਹ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਾਡੇ ਨਾਲ ਮਿਲੇ ਸੀਗੇ ਅੱਜ ਤੱਕ ਕਦੀ ਸਾਡੇ ਨੇ ਆਫਿਸ ਨਹੀਂ ਵਿਜ਼ਿਟ ਕੀਤਾ ਸਾਡੀ ਸਿਰਫ ਫੋਨ ਤੇ ਕਨਵਰਸੇਸ਼ਨ ਹੋਈ ਆ ਜਾਂ ਈਮੇਲ ਤੇ ਕਨਵਰਸੇਸ਼ਨ ਹੋਈ ਆ ਇਹਨਾਂ ਨਾਲ ਜੀ ਸੋ ਮੈਂ ਚਾਹੂੰਗਾ ਕਿ ਇਹ ਵੀ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕਰਨ ਔਰ ਬਹੁਤ ਔਖਾ ਹੁੰਦਾ ਜਦੋਂ ਜਦੋਂ ਕੰਸਲਟੈਂਟ ਨੂੰ ਵੇਖਿਆ ਨਾ ਹੋਵੇ ਸਿਰਫ ਈਮੇਲ ਰਾਹੀਂ ਫੋਨ ਰਾਹੀਂ ਕਨਵਰਸੇਸ਼ਨ ਕੀਤੀ ਹੋਵੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਨਾ ਯਕੀਨ ਕਰਨਾ ਬਹੁਤ ਔਖਾ ਹੋ ਗਿਆ ਕੰਸਲਟੈਂਟਸ ਲਈ ਔਰ ਇਹ ਇੱਕ ਬਹੁਤ ਵੱਡਾ ਡਿਸੀਜਨ ਹੁੰਦਾ ਹੈ ਕਿ ਮੈਂ ਕੰਸਲਟੈਂਟ ਕਿਹੜਾ ਚੂਜ਼ ਕਰਾਂ ਓਬਵੀਅਸਲੀ ਹਰ ਇੱਕ ਕੰਸਲਟੈਂਟ ਆਪਣੀ ਪ੍ਰੋਸੈਸਿੰਗ ਫੀਸ ਵੀ ਲੈਂਦਾ ਹੈ ਔਰ ਕੇਰਲ ਤੋਂ ਸਿਰਫ ਫੋਨ ਤੇ ਗੱਲ ਕਰਕੇ ਈਮੇਲ ਤੇ ਗੱਲ ਕਰਕੇ ਸੋਸ਼ਲ ਮੀਡੀਆ ਤੇ ਦੇਖ ਕੇ ਗੱਲਬਾਤ ਕਰਨੀ ਆਪਣੇ ਫਿਊਚਰ ਤੁਹਾਡੇ ਹੱਥ ਦੇਣਾ ਪੇਮੈਂਟਸ ਆਨਲਾਈਨ ਟ੍ਰਾਂਸਫਰ ਕਰਨੀ ਹੈ ਇਹ ਬਹੁਤ ਵੱਡਾ ਟਰੱਸਟ ਹੁੰਦਾ ਹੈ ਸੋ ਮੈਂ ਇਹ ਵੀ ਮਿਸਟਰ ਕੈਨਨ ਸਰ ਨਾਲ ਹਾਜ਼ਰ ਨੇ ਸੋ ਮੈਂ ਇਹਨਾਂ ਕੋਲ ਵੀ ਪੁੱਛਣਾ ਚਾਹੂੰਗਾ ਕਿ ਇਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਹੈਲੋ ਕੈਨਨ ਹਾਊ ਆਰ ਯੂ ਮਿਸਟਰ ਕੈਨਨ ਸੌਰੀ ਇਟ ਵਾਸ ਨਾਟ ਆਡੀਬਲ ਕੈਨ ਯੂ ਜਸਟ ਰਿਪੀਟ ਦੈਟ ਵੀ ਜਸਟ ਸੈਡ ਵੈਲਕਮ ਟੂ ਆਵਰ ਸ਼ੋ ਓਕੇ ਆਲ ਰਾਈਟ ਥੈਂਕ ਯੂ ਐਂਡ ਮਨੀਸ਼ੀ ਵਾਸ ਜਸਟ ਆਸਕਿੰਗ ਦੈਟ ਐਸ ਯੂ ਬਿਲੋਂਗ ਟੂ ਕੇਰਲ ਸੋ ਇਟ ਇਜ਼ ਫਾਰ ਫਰਮ ਪੰਜਾਬ ਸੋ ਵਾਟ ਮੇਡ ਯੂ ਅਪਲਾਈ ਟੂ ਅਸ ਬਿਕੋਜ਼ ਯੂ ਨੈਵਰ ਵਿਜ਼ਿਟਡ ਅਸ ਇਨ ਆਵਰ ਆਫਿਸ ਐਂਡ ਵੀ ਨੈਵਰ ਯੂ ਨੋ ਮੈਟ ਇਨ ਪਰਸਨ ਸੋ ਹੂ ਰეკਮੈਂਡਡ ਯੂ ਕੈਨ ਯੂ ਪਲੀਜ਼ ਸ਼ੇਅਰ ਬ੍ਰੀਫਲੀ ਅਬਾਊਟ ਇਟ ਵੈਲ ਐਸ ਯੂ ਸੈਡ ਲਾਈਕ ਵੀ ਆਰ ਪਾਰਟ ਆਫ ਇੰਡੀਆ ਲਾਈਕ ਵੀ ਆਰ ਇਨ ਅ ਸਿਟੀ ਕਾਲਡ ਕੋਚਨ ਇਟਸ ਆਲਸੋ ਕਾਲਡ ਕੁਈਨ ਆਫ ਰੈਜ਼ੀਡੈਂਸੀ ਆਈ ਸ਼ੀ ਸਟੱਡੀ ਵਾਟ ਸ਼ੀ ਵਾਸ ਸਟੱਡੀਇੰਗ in British Columbia, at in a city called Terrace. So there, her friend, her name is Mamata, she was advising, because we were quite in a dilemma, like we were confused of what to do, like even we were given news that it is quite difficult to get a spouse open work permit. It may result in the rejection. So it is possible to apply for a dependency visa once when my wife gets a PR. So we were very confused about it. And it is Mamata and Vishal, who's a very friend of us, suggested immigration launch. And I should say that we are very happy that we met Jatin and Gayatri. I can also say that we didn't only get professionals, we also got a very good brother and a sister, because you know that the pandemic had hit very badly, and we were a kind of lost. We even thought like my wife should return. It is quite impossible to move to Canada for us. So we were planning at that time, not only as a professional, as a brother, he was advising us certain things. Like if I can say that like a lot of people, I could see that a lot of applicants used to apply for web form unnecessarily, which used to get delayed in their application or even get a refusal. But Justin, he was just telling that no, it is not required. You should not do that. Okay, as a professional, he can say that okay, if you wanted us to do, we can do that. But he want us to reach in Canada in a very good manner. So that was a strong support that we provided by Jatin and Gayatri as well. And also I could say that I was really astonished. One thing is that they were cross-checking with each and every photograph that we submitted. They wanted to know what was the location, because they wanted zero error. That's what I understood. Thanks, Kenna. Thanks for all your words. So, Manish ji, Kenneth's case is a challenge. I want to share with my viewers, because we can see Kenneth is sitting with his son, who is 7 years old. So, normally, what do you say? Visitor visa apply to your son. He won't study permit for his children. But we made him apply for a study permit, because in this case, which otherwise, his child can go to Canada and again apply for a study permit. But assi India to hi is bachche da along with his study permit da proof rakh deta hai. So in the case ina beta da 7 saal da beta hai, inu fir schooling visa mila hai. ਸਰ ਦੇਖੋ ਇਹ ਸਟੱਡੀ ਪਰਮਿਟ ਮਿਲਿਆ ਹੈ ਬਿਕੋਜ਼ ਦੇਖੋ ਇਹਨੂੰ ਐਲਓਏ ਦੀ ਜ਼ਰੂਰਤ ਨਹੀਂ ਹੈਗੀ ਬਿਕੋਜ਼ ਇਹਦੇ ਪੇਰੈਂਟਸ ਉੱਥੇ ਕੈਨੇਡਾ 'ਚ ਉਹ ਦੋਨੇ ਵਰਕਰ ਹੈਗੇ ਆ ਰਾਈਟ ਸੋ ਇਟ ਇਜ਼ ਨਾਟ ਅ ਸਕੂਲਿੰਗ ਵੀਜ਼ਾ ਇਟ ਅ ਸਟੱਡੀ ਪਰਮਿਟ ਇਹ ਉੱਥੇ ਜਾ ਕੇ ਕਿਸੇ ਵੀ ਪਬਲਿਕਲੀ ਫੰਡਡ ਸਕੂਲ 'ਚ ਐਡਮਿਸ਼ਨ ਲੈ ਸਕਦਾ ਹੈਗਾ ਠੀਕ ਹੈ ਉੱਥੇ ਜਾ ਕੇ ਸਟੱਡੀ ਕਰ ਸਕਦਾ ਓਕੇ ਸੋ ਮੈਂ ਚਾਹੂੰਗਾ ਕਿ ਸਾਡਾ ਮਿਸਟਰ ਪਵਨ ਕੁਮਾਰ ਵੀ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਅਸੀਂ ਦਰਸ਼ਕਾਂ ਦਾ ਰੂਬਰੂ ਕਰਵਾ ਦਈਏ ਤਾਂ ਕਿ ਉਹਨਾਂ ਦਾ ਵੀ ਐਕਸਪੀਰੀਅੰਸ ਸਾਂਝਾ ਕਰ ਲਈਏ ਔਰ ਲੋਕੇਸ਼ ਜੀ ਮੈਂ ਚਾਹੂੰਗਾ ਕਿ ਮਿਸਟਰ ਕੈਨੇਡਾ ਦਾ ਵੀ ਵੀਜ਼ਾ ਤੁਸੀਂ ਦਿਖਾ ਦਿਓ ਇੱਕ ਵਾਰੀ ਐਟਲੀਸਟ ਉਹਨਾਂ ਨੂੰ ਹੀ ਗਰੰਟੀ ਹੋ ਜਾਏ ਕਿ
ਪਾਸਪੋਰਟ ਰਿਕੁਐਸਟ ਆਈ ਹੈ ਹੁਣ ਇਹਨਾਂ ਦੀ ਵੀਜ਼ਾ ਸਟੈਂਪਿੰਗ ਲਈ ਅਸੀਂ ਫਰਦਰ ਪ੍ਰੋਸੈਸਿੰਗ ਕਰਤੀ ਹੈ ਓਕੇ ਸੋ ਕੰਗ੍ਰੈਚੁਲੇਸ਼ਨਸ ਮਿਸਟਰ ਕੈਨਥ ਹੁਣ ਸਾਡੇ ਨਾਲ ਮਿਸਟਰ ਪਵਨ ਕੁਮਾਰ ਵੀ ਜੁੜ ਚੁੱਕੇ ਨੇ ਪਵਨ ਜੀ ਮੈਂ ਚਾਹੂੰਗਾ ਕਿ ਆਪਣਾ ਮਾਈਕ ਤੁਸੀਂ ਆਨ ਕਰ ਲਓ ਔਰ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਪਵਨ ਜੀ ਆਵਾਜ਼ ਤੋਂ ਬੇਸਿਕਲੀ ਬਿਲੋਂਗ ਕਰ ਰਿਹਾ ਸਰ ਜਲੰਧਰ ਤੋਂ ਜਲੰਧਰ ਜੀ ਜੀ ਸਰ ਪਵਨ ਜੀ ਤੁਹਾਡੀ ਆਵਾਜ਼ ਸਾਡੇ ਪਹੁੰਚ ਪਾ ਰਹੀ ਹੈ ਜਲੰਧਰ ਨੂੰ ਬਿਲੋਂਗ ਕਰਦੇ ਹੋ ਔਰ ਤੁਸੀਂ ਆਪਣਾ ਕੇਸ ਕਦੋਂ ਫਾਈਲ ਕੀਤਾ ਸੀ ਤਾਂ ਇਮੀਗ੍ਰੇਸ਼ਨ ਵਾਸਤੇ ਨਾਲ ਮੈਂ ਸਰ ਲਾਸਟ ਈਅਰ ਸਰ ਫਰਵਰੀ ਜੀ ਕੀਤਾ ਸੀਗਾ ਆਲਮੋਸਟ ਇੱਕ ਸਾਲ ਹੋ ਗਿਆ ਹੋਇਆ ਹੈ ਮਤਲਬ ਇੱਕ ਸਾਲ ਬਾਅਦ ਹੀ ਮੇਰਾ ਫਰਵਰੀ 2020 ਵੀਜ਼ਾ ਹੈ ਹਾਂਜੀ ਸਰ ਓਕੇ ਔਰ ਤੁਹਾਡੇ ਵਾਈਫ ਕਦੋਂ ਕੈਨੇਡਾ ਗਏ ਸੀ ਵਾਈਫ ਮੇਰੇ ਸਰ ਅਗਸਤ ਵਿੱਚ ਗਏ ਸੀ ਸਰ 2022 2020 ਚ ਓਕੇ ਯਾਨੀ ਤੁਸੀਂ ਆਲਮੋਸਟ 4 ਜਾਂ 5 ਮਹੀਨੇ ਬਾਅਦ ਆਪਣਾ ਕੇਸ ਜਿਹੜਾ ਅਪਲਾਈ ਕਰਤਾ ਸੀ ਹਾਂਜੀ ਉਹਨਾਂ ਨੂੰ ਗਏ ਹੋਏ ਸਰ 1.5 ਸਾਲ ਹੋ ਗਿਆ ਸਾਲ ਤਾਂ ਤੁਹਾਨੂੰ ਵੀ ਵੇਟ ਕਰਨੀ ਪੈ ਗਈ ਕੋਵਿਡ ਕਰਕੇ ਵੀਜ਼ਾਸ ਡਿਲੇ ਸੀ ਇਸ ਸਾਲ ਦੇ ਵਿੱਚ ਕੋਈ ਕਦੀ ਮਨ 'ਚ ਨੈਗੇਟਿਵ ਥੌਟਸ ਨਹੀਂ ਆਏ ਕਿ ਇਸ ਇੱਕ ਸਾਲ ਦੇ ਵਿੱਚ ਕਦੀ ਮਨ 'ਚ ਨੈਗੇਟਿਵ ਥੌਟਸ ਨਹੀਂ ਆਏ ਕਿ ਯਾਰ ਸਾਰੀ ਦੁਨੀਆ ਕੈਨੇਡਾ ਜਾ ਮੇਰਾ ਵੀਜ਼ਾ ਪਤਾ ਨਹੀਂ ਕਿਉਂ ਨਹੀਂ ਆ ਰਿਹਾ ਲੱਗ ਰਿਹਾ ਸੀ ਇੱਕ ਤਾਂ ਸਰ ਜਿੱਦਾਂ ਮੇਰੀ ਵਾਈਫ ਦੀ ਸ਼ੋਰਟ ਸਟੇ ਸੀ ਨਾ ਜਿੱਦਾਂ ਉਹਨਾਂ ਦਾ ਪਹਿਲਾਂ ਵਰਕ ਸਟੱਡੀ ਵੀਜ਼ਾ ਸੀਗਾ ਤੇ ਉਹਨਾਂ ਦਾ ਸਟੱਡੀ ਵੀਜ਼ਾ ਤੋਂ ਬਾਅਦ ਮੇਰੀ ਮੈਰਿਜ ਹੋਈ ਜਿੱਦਾਂ ਤੇ 30 ਮਈ ਨੂੰ ਮੇਰੀ ਮੈਰਿਜ ਹੋਈ ਤੇ ਉਹਨਾਂ ਦਾ ਵੀਜ਼ਾ ਉਹ ਗਏ ਹੈ 24 ਅਗਸਤ ਨੂੰ ਤੇ ਉਹਦੇ ਵਿੱਚ ਥੋੜ੍ਹਾ ਸ਼ੋਰਟ ਸਟੇ ਦਾ ਪੰਗਾ ਸੀਗਾ ਉਹਦਾ ਡਰ ਲੱਗਦਾ ਸੀ ਬਾਕੀ ਜਿਹੜੇ ਮੇਰੇ ਫੰਡ ਸੀਗੇ ਉਹ 3 ਮਹੀਨੇ ਭਰਨੇ ਸੀਗੇ ਜਸਟ ਉਹਨਾਂ ਦਾ 2 ਚੀਜ਼ ਦਾ ਮੈਨੂੰ ਪੰਗਾ ਸੀਗਾ ਬਾਕੀ ਤਾਂ ਸਾਰਾ ਸਹੀ ਸੀ ਤੇ ਕਿਤੇ ਮਨ ਚ ਇਹ ਡਾਊਟ ਨਹੀਂ ਆਇਆ ਕਿ ਯਾਰ ਮੈਂ ਆਪਣੀ ਫਾਈਲ ਬੜੀ ਜਲਦਬਾਜ਼ੀ ਸਬਮਿਟ ਕਰ ਰਿਹਾ ਇਹ 2 ਡਾਊਟਸ ਮੇਰੇ ਮਨ ਚ ਕਿ ਉਹਨਾਂ ਮੈਂ ਡਾਊਟ ਨੂੰ ਪਹਿਲਾਂ ਕਲੀਅਰ ਕਰਾਂ ਉਸ ਤੋਂ ਬਾਅਦ ਆਪਣੀ ਫਾਈਲ ਸਬਮਿਟ ਕਰਾਂ ਇਹ ਸਰ ਇਹ ਤਾਂ ਸੀਗੇ ਸਰ ਮੇਰੇ ਮਾਈਂਡ ਤਾਂ ਸੀਗੇ ਪੰਗਾ ਸਰ ਇਹ ਸੀਗਾ ਬੇਸਿਕਲੀ ਤਾਂ ਇਹ ਸੀਗਾ ਕਿ ਮੈਂ ਜਿੱਦਾਂ ਨਾ ਪਹਿਲਾਂ ਆਪਣੀ ਫਾਈਲ ਲਵਾਉਣ ਤੋਂ ਪਹਿਲਾਂ ਮੈਂ ਕਿਤੇ ਪੁੱਛਿਆ ਨਹੀਂ ਜਿੱਦਾਂ ਕਿ ਜਦੋਂ ਫਿਰ ਮੈਨੂੰ ਕੀ ਆਇਆ ਕਿ ਹਾਂ ਮੈਂ ਆਪਣੀ ਫਾਈਲ ਲਗਾ ਲਾਂ ਜਿੱਦਾਂ ਵਾਈਫ ਦਾ ਹੋ ਗਈ ਨਾ ਇੱਕ ਸਮੈਸਟਰ ਹੋ ਗਿਆ ਸੀਗਾ ਤੇ ਮੈਂ ਆਪਣੀ ਫਾਈਲ ਲਗਾ ਲਵਾਂ ਤੇ ਉਦੋਂ ਮੈਂ ਪੁੱਛਣਾ ਸ਼ੁਰੂ ਕੀਤਾ ਜਿੱਦਾਂ ਇਹਨਾਂ ਦਾ ਰੈਫਰੈਂਸ ਆਇਆ ਸੀ ਇਮੀਗ੍ਰੇਸ਼ਨ ਦੀ ਲਾਈਨ ਜੀ ਮੇਰੇ ਕੋਲ ਫਰੈਂਡ ਮੇਰੇ ਨੇ ਰੈਫਰ ਕੀਤਾ ਹੋਇਆ ਸੀ ਤੇ ਫਿਰ ਮੈਂ ਇਹਨਾਂ ਨਾਲ ਮਿਲ ਕੇ ਕੰਟੈਕਟ ਕੰਸਲਟੈਂਟ ਦੇਖੋ ਪਵਨ ਜੀ ਜਲੰਧਰ ਦੀ ਗੱਲ ਕਰਦੇ ਤੁਸੀਂ ਕਹਿੰਦੇ ਜਲੰਧਰ ਤੋਂ ਬਿਲੋਂਗ ਕਰ ਰਹੇ ਮਤਲਬ ਜਲੰਧਰ ਇਮੀਗ੍ਰੇਸ਼ਨ ਦਾ ਹੱਬ ਮੰਨਿਆ ਜਾਂਦਾ ਹੈ ਮੈਂ ਗਲਤ ਨਹੀਂ ਹਾਂ ਸ਼ਾਇਦ 3000 ਤੋਂ ਲੈ ਕੇ 4000 ਕੰਸਲਟੈਂਟ ਜਲੰਧਰ ਚ ਨੇ ਜਿਨ੍ਹਾਂ ਕੋਲ ਪੰਜਾਬ ਸਰਕਾਰ ਦਾ ਟਰੈਵਲ ਲਾਇਸੈਂਸ ਹੈਗਾ ਹੈ ਤੇ ਤੁਸੀਂ ਹਾਂਜੀ ਸਰ ਇਮੀਗ੍ਰੇਸ਼ਨ ਲਾਅ ਨੂੰ ਹੀ ਕਿਉਂ ਚੂਜ਼ ਕੀਤਾ ਕਿਵੇਂ ਭਰੋਸਾ ਕਿਵੇਂ ਬਣਿਆ ਇਹਨਾਂ ਤੇ ਨਹੀਂ ਸਰ ਇੱਕ ਵਰਡ ਟੂ ਮਾਊਥ ਹੁੰਦਾ ਨਾ ਜਿਨ੍ਹਾਂ ਨੇ ਮਤਲਬ ਕਿ ਵਰਤਿਆ ਹੋਇਆ ਉਹੀ ਸਾਨੂੰ ਦੱਸਣ ਦੇ ਉਹੀ ਸਾਨੂੰ ਬੈਸਟ ਐਡਵਾਈਸ ਦੇ ਸਕਦੇ ਆ ਹਨਾ ਇੱਕ ਤਾਂ ਮੈਂ ਉਹਨਾਂ ਤੇ ਵਿਸ਼ਵਾਸ ਕੀਤਾ ਮੇਰੇ ਨਾਂ ਨਹੀਂ ਸੀਗਾ ਮੇਰਾ ਫਰੈਂਡ ਹੀ ਸੀਗਾ ਉਹਨਾਂ ਨੇ ਮੈਨੂੰ ਕੀਤਾ ਸੀ ਐਡਵਾਈਸ ਇੱਕ ਬਾਕੀ ਇਹਨਾਂ ਨੂੰ ਜਦੋਂ ਮੈਂ ਮਿਲਿਆ ਮੇਰੀ ਗਾਇਤਰੀ ਮੇਰੇ ਨਾਲ ਹੋਈ ਸੀ ਪਹਿਲੀ ਗੱਲ ਉਹਨਾਂ ਨੇ ਮੈਨੂੰ ਗਾਈਡ ਕੀਤਾ ਸੀਗਾ ਕਿ ਇਸ ਤਰ੍ਹਾਂ ਡਿਸ ਕਰਾਂਗੇ ਅਸੀਂ ਮਤਲਬ ਕਿ ਜੋ ਰਿਲੇਸ਼ਨਸ਼ਿਪ ਵਗੈਰਾ ਸਾਡਾ ਕੈਨੇਡਾ ਟਰੈਵਲ ਕਰ ਸਕਦੇ ਹੋ ਬਹੁਤ ਜਲਦੀ ਜਤਿਨ ਜੀ ਇਹਨਾਂ ਦੇ ਕੇਸ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੋਵੇ ਕਿ ਚੈਲੰਜ ਸੀ ਜਿਹਨੂੰ ਤੁਸੀਂ ਬੜੇ ਵਧੀਆ ਤਰੀਕੇ ਨਾਲ ਟ੍ਰੀਟ ਕਰਕੇ ਬੜੇ ਵਧੀਆ ਤਰੀਕੇ ਨਾਲ ਉਹਨੂੰ ਫੇਸ ਕਰਕੇ ਇਹਨਾਂ ਨੂੰ ਵੀਜ਼ਾ ਗ੍ਰਾਂਟ ਤੱਕ ਪਹੁੰਚਾਇਆ ਸਰ ਜਿਵੇਂ ਪਵਨ ਜੀ ਨੇ ਐਕਸਪਲੇਨ ਕੀਤਾ ਹੁਣੇ ਇਹਨਾਂ ਦਾ ਜਿਹੜਾ ਮੇਨ ਚੈਲੰਜ ਸੀਗਾ ਬਿਕੋਜ਼ ਸਟੇ ਘੱਟ ਹੋਣਾ ਇੱਕ ਬਹੁਤ ਵੱਡਾ ਆਪਣੇ ਆਪ 'ਚ ਫੀਅਰ ਹੈਗਾ ਇੱਕ ਡਰ ਹੈਗਾ ਪੰਜਾਬ 'ਚ ਇੰਡੀਆ 'ਚ ਕਿ ਸਾਡੇ ਮੈਰਿਜ ਤੋਂ ਬਾਅਦ ਸਾਡਾ ਸਟੇ ਬਹੁਤ ਘੱਟ ਹੈ ਸੈਕਿੰਡ ਜਿਹੜਾ ਕੇਸ ਚੈਲੰਜ ਸੀਗਾ ਜੀ ਇਹਨਾਂ ਦੀ ਜਿਹੜੀ ਮੈਰਿਜ ਹੋਈ ਹੈ ਉਹ ਵੀਜ਼ਾ ਆਉਣ ਤੋਂ ਬਾਅਦ ਹੋਈ ਹੈ ਇਹਨਾਂ ਦੀ ਵਾਈਫ ਦਾ ਵੀਜ਼ਾ ਸਟੱਡੀ ਪਰਮਿਟ ਅਪਰੂਵ ਹੋਇਆ 6 ਮਾਰਚ 2020 ਨੂੰ ਇਹਨਾਂ ਦੀ ਮੈਰਿਜ ਹੋਈ ਹੈ 30 ਮਈ 2020 ਨੂੰ ਤੇ ਉਸ ਤੋਂ ਬਾਅਦ ਵਾਈਫ ਟਰੈਵਲ ਕਰ ਗਏ ਹੈ ਜੀ 24 ਅਗਸਤ 2020 ਨੂੰ ਸੋ ਸਾਰੀਆਂ ਡਿਊਰੇਸ਼ਨਸ ਬਹੁਤ ਘੱਟ ਘੱਟ ਨੇ ਆਈ ਮੀਨ 2-2 ਮਹੀਨੇ ਦਾ ਆਲਮੋਸਟ ਗੈਪ ਹੈਗਾ ਦੈਨ ਜਦੋਂ ਇਹਨਾਂ ਦੀ ਮੈਰਿਜ ਹੋਈ ਉਹਦੇ ਵਿੱਚ ਕੋਵਿਡ ਸੀਗਾ ਮਈ 2020 ਦੇ ਵਿੱਚ ਸਾਰਿਆਂ ਨੂੰ ਪਤਾ ਰੈਸਟ੍ਰਿਕਸ਼ਨ ਲੱਗੀਆਂ ਹੋਈਆਂ ਸੀਗੀਆਂ ਸੋ ਇਹਨਾਂ ਕੋਲ ਬਹੁਤ ਜ਼ਿਆਦਾ ਐਵੀਡੈਂਸਿਸ ਮੈਰਿਜ ਦੇ ਪਿਕਚਰਸ ਵਗੈਰਾ ਵੀ ਲਿਮਿਟਿਡ ਸੀਗੀਆਂ
ਸੋ ਇਸ ਤਰ੍ਹਾਂ ਦੇ ਕੇਸ ਨੂੰ ਪ੍ਰੈਜੈਂਟ ਕਰਨਾ ਹੀ ਆਪਣੇ ਆਪ 'ਚ ਬੜੀ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਇਮੀਗ੍ਰੇਸ਼ਨ ਨੂੰ ਕਿੱਦਾਂ ਪ੍ਰੈਜੈਂਟੇਸ਼ਨ ਦੇਣੀ ਹੈ, ਕਿਹੜੇ ਕਿਹੜੇ ਫੈਕਟਸ ਅਸੀਂ ਸਾਹਮਣੇ ਲਿਆਉਣੇ ਹੈ ਵੀਜ਼ਾ ਆਫਿਸਰ ਦੇ, ਕਿ ਉਹਨੂੰ ਇਹ ਡਾਊਟ ਨਾ ਹੋਵੇ ਕਿ ਦੇਖੋ ਜੀ ਵੀਜ਼ਾ ਲੱਗਣ ਤੋਂ ਬਾਅਦ ਮੈਰਿਜ ਹੋਈ ਹੈ, ਸੋ ਮੋਸਟਲੀ ਇਹੀ ਫੀਲ ਕੀਤਾ ਜਾਂਦਾ ਕਿ ਮੈਰਿਜ ਆਫ ਕਨਵੀਨੀਅੰਸ ਨਾ ਹੋਵੇ। ਸੋ ਇਹੀ ਸਾਡੀ ਕਹਿ ਲਓ ਕਿ ਸਪੈਸ਼ਲਾਈਜੇਸ਼ਨ ਹੈਗੀ ਹੈ, ਜਿਹੜੀ ਸਾਡੀ ਲੈਟਰ ਜਾਂਦੀ ਹੈ ਸਪੈਸ਼ਲੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਲੈਟਰ ਦੇ ਥਰੂ ਜਿੰਨੇ ਵੀ ਰੈਲੇਵੈਂਟ ਫੈਕਟਸ ਹੈਗੇ ਆ ਕੇਸ ਦੇ, ਉਹ ਵੀਜ਼ਾ ਆਫਿਸਰ ਨੂੰ ਅਸੀਂ ਮੁਹੱਈਆ ਕਰਵਾਈਏ, ਉਹਦੇ ਸਾਹਮਣੇ ਰੱਖੀਏ ਫੈਕਟਸ, ਤਾਂ ਕਿ ਉਹ ਡਾਕੂਮੈਂਟਸ ਬਾਅਦ ਚੋਂ ਦੇਖੇ, ਪਹਿਲਾਂ ਉਹ ਸਾਰਾ ਕੇਸ ਸਿਨੈਰੀਓ ਉਸ ਲੈਟਰ ਦੇ ਥਰੂ ਸਮਝ ਜਾਏ। ਠੀਕ ਹੈ ਨਾ, ਸੋ ਇਹੀ ਚੀਜ਼ਾਂ ਨੇ ਜਿਹੜੇ ਕਿ ਕੇਸ ਨੂੰ ਅਪਰੂਵ ਕਰਾਉਣ 'ਚ ਸਕਸੈਸ ਲਾਉਣ 'ਚ ਥੋੜ੍ਹੀ ਹੈਲਪਫੁਲ ਹੁੰਦੀਆਂ ਨੇ। ਜੀ, ਸੋ ਸੰਦੀਪ ਸਿੰਘ, ਅਨਮੋਲਪੁਰੀ, ਰਸ਼ਮੀ ਤਿਵਾਰੀ, ਕੇਨਤ ਔਰ ਪਵਨ ਜੀ ਸਾਡੇ ਨਾਲ ਹਾਜ਼ਰ ਨੇ, ਔਰ ਮੈਂ ਚਾਹੂੰਗਾ ਕਿ ਹੁਣ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਿਹੜੇ ਕੈਂਡੀਡੇਟਸ ਜਿਨ੍ਹਾਂ ਨੇ ਵੀਜ਼ਾਸ ਹਾਸਲ ਕੀਤੇ ਹੈ, ਜੇ ਉਹ ਮਿਸਟਰ ਲੋਕੇਸ਼ ਹੋਣਾ ਕੋਲੋਂ ਜਾਂ ਜਤਿਨ ਸਾਹਨੀ ਹੋਣਾ ਕੋਲ ਕੋਈ ਮੈਸੇਜ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋਣ ਆਪਣੇ ਫਿਊਚਰ ਨੂੰ ਲੈ ਕੇ, ਆਪਣੇ ਵੀਜ਼ਾ ਨੂੰ ਲੈ ਕੇ, ਤਾਂ ਮੈਂ ਚਾਹੂੰਗਾ ਕਿ ਇੱਥੇ ਪੁੱਛਣਾ, ਤਾਂ ਕਿ ਤੁਹਾਡੇ ਇੱਕ ਇੱਕ ਸਵਾਲ ਜਿਹੜੇ ਨੇ ਉਹ ਸਾਡੇ ਹਜ਼ਾਰਾਂ ਦਰਸ਼ਕਾਂ ਦੇ ਡਾਊਟਸ ਹੋਰ ਕਲੀਅਰ ਕਰ ਲੈਣਗੇ। ਸੋ ਸੰਦੀਪ ਜੀ, ਤੁਹਾਡਾ ਕੋਈ ਸਵਾਲ ਹੋਵੇ? ਨੋ ਸਰ, ਅਜੇ ਮਾਈਂਡ 'ਚ ਕੋਈ ਸਵਾਲ ਨਹੀਂ ਆ, ਫਿਊਚਰ 'ਚ ਕੋਈ ਵੀ ਸਵਾਲ ਆਇਆ ਮੈਂ ਇਹਨਾਂ ਕੋਈ ਗਾਈਡ ਲੈਣਾ, ਇਹਨਾਂ ਨੂੰ ਪਤਾ ਵੀ ਆ, ਤੋ ਅੱਗੇ ਕੋਈ ਵੀ ਮੇਰੇ ਕੋਲ ਸਵਾਲ ਹੋਏਗਾ ਤੇ ਮੈਂ ਇਹਨਾਂ ਨੂੰ ਜ਼ਰੂਰ ਕੰਟੈਕਟ ਕਰਾਂਗਾ। ਓਕੇ, ਸੋ ਅਨਮੋਲ ਜੀ, ਤੁਹਾਡਾ ਕੋਈ ਸਵਾਲ ਹੋਵੇ ਜਿਹੜਾ ਤੁਸੀਂ ਜਤਿਨ ਜੀ ਕੋਲੋਂ ਜਾਂ ਲੋਕੇਸ਼ ਜੀ ਕੋਲੋਂ ਪੁੱਛਣਾ ਚਾਹੁੰਦੇ ਹੋ? ਤੁਹਾਡੀ ਆਵਾਜ਼ ਆਵਾਜ਼ ਤੁਹਾਡੀ ਨਹੀਂ ਆ ਰਹੀ, ਆਪਣਾ ਮਾਈਕ ਮਾਈਕ ਆਨ ਕਰੋ, ਆਪਣਾ ਮਾਈਕ ਆਨ ਕਰੋ। ਹਾਂਜੀ ਸਰ, ਸਰ ਇੱਦਾਂ ਦਾ ਕੋਈ ਸਵਾਲ ਨਹੀਂ ਹੈਗਾ, ਫੁੱਲੀ ਸੈਟੀਸਫਾਈਡ ਹਾਂ ਸਰ ਜਤਿਨ ਸਰ ਦੇ ਨਾਲ, ਗਾਇਤਰੀ ਮੈਮ ਦੇ ਨਾਲ, ਤੇ ਮੈਂ ਇਹੀ ਆਪਣੇ ਫਰੈਂਡਸ ਨੂੰ ਵੀ ਰੈਕਮੈਂਡ ਕਰੂੰਗਾ, ਜ਼ਰੂਰ ਇਮੀਗ੍ਰੇਸ਼ਨ ਲਾਉਂਜ ਜਾਓ ਤੇ ਬੇਫਿਕਰ ਹੋ ਕੇ ਆਪਣਾ ਕੇਸ ਲਾਓ। ਓਕੇ, ਸੋ ਮੈਡਮ ਰਸ਼ਮੀ, ਤੁਹਾਡਾ ਕੋਈ ਸਵਾਲ ਹੋਵੇ? ਨਹੀਂ ਸਰ, ਕੋਈ ਸਵਾਲ ਨਹੀਂ ਹੈ, ਕਿਉਂਕਿ ਮੈਂ ਫੁੱਲੀ ਸੈਟੀਸਫਾਈਡ ਹਾਂ, ਐਂਡ ਜਬ ਕੁਝ ਹੋਗਾ ਤੋ ਮੈਂ ਪੁੱਛ ਲੂੰਗੀ ਜਤਿਨ ਸਰ ਸੇ। ਜੀ, ਔਰ ਮਿਸਟਰ ਕੈਨਥ, ਆਪਕਾ ਕੋਈ ਸਵਾਲ ਹੋ ਤੋ ਆਪ ਵੀ ਪੁੱਛ ਸਕਤੇ ਹੈ। ਸੋਰੀ, ਡੂ ਯੂ ਹੈਵ ਐਨੀ ਕੁਐਸਚਨ? ਯੂ ਹੈਵ ਐਨੀ ਕੁਐਸਚਨ? ਐਨੀ ਕੁਐਸਚਨ? ਯੂ ਹੈਵ ਐਨੀ ਕੁਐਸਚਨ ਯੂ ਕੈਨ ਆਸਕ? ਵੈਲ, ਆਈ ਡੋਨਟ ਲਾਈਕ, ਨੋ ਨੋ, ਆਈ ਡੋਨਟ ਹੈਵ ਐਨੀ ਕੁਐਸਚਨਸ ਐਨੀਵੇ। ਥੈਂਕ ਯੂ। ਓਕੇ, ਸੋ ਮੈਨੂੰ ਲੱਗਦਾ ਜਤਿਨ ਜੀ ਸਾਰੇ ਜਿੰਨੇ ਵੀ ਤੁਹਾਡੇ ਸਟੂਡੈਂਟ ਆ ਸਾਰੇ ਤੁਹਾਡੇ ਕੋਲ ਸੈਟੀਸਫਾਈ ਨੇ ਆਲਰੇਡੀ, ਉਹਨਾਂ ਨੂੰ ਕਿਉਂ ਨਾ ਕੋਈ ICCRC ਮੈਂਬਰ ਦੀ ਗਾਈਡੈਂਸ ਦੇ ਵਿੱਚ ਜਿਹੜਾ ਉਹਨਾਂ ਦੇ ਕੇਸ ਹੈ। ਸਰ, ਸਾਡੀ ਕੋਸ਼ਿਸ਼ ਦੇਖੋ, ਡਿਪਾਰਟਮੈਂਟ ਤੋਂ ਲੈ ਕੇ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰਿਆਂ ਨੂੰ ਹੀ ਕੈਨੇਡਾ 'ਚ ਪਰਮਨੈਂਟ ਸਟੇਟਸ ਮਿਲ ਜਾਏ, ਆਪਣੇ ਫੈਮਿਲੀਜ਼ ਨਾਲ ਜਾ ਕੇ ਜੁਆਇਨ ਕਰਨ, ਫੈਮਿਲੀ ਰੀਯੂਨੀਫਿਕੇਸ਼ਨ ਜਿਹੜਾ ਮਕਸਦ ਹੈਗਾ ਕੈਨੇਡੀਅਨ ਇਮੀਗ੍ਰੇਸ਼ਨ ਦਾ, ਉਹ ਚੰਗੇ ਤਰੀਕੇ ਨਾਲ ਫੁਲਫਿਲ ਹੋ ਸਕੇ ਤੇ ਆਪਣੇ ਫਿਊਚਰ ਲਾਈਫ 'ਚ ਸਕਸੈਸਫੁਲ ਹੋਣ ਕੈਨੇਡਾ 'ਚ, ਸਾਡੀ ਇਹ ਵਿਸ਼ ਹੈ ਸਾਰਿਆਂ ਵਾਸਤੇ। ਤੁਹਾਡਾ ਕੋਈ ਸਵਾਲ ਹੋਵੇ? ਸਰ, ਇਮੀਡੀਏਟ ਤੇ ਕੋਈ ਕੁਐਸਚਨ ਨਹੀਂ ਹੈ, ਬਾਕੀ ਕੁਐਰੀ ਜੇ ਕੋਈ ਹੋਏਗੀ ਸਰ ਨਾਲ ਕੋਈ ਨਹੀਂ ਕੰਟੈਕਟ ਕਰ ਲਾਂਗੇ। ਓਕੇ, ਸੋ ਮੈਨੂੰ ਲੱਗਦਾ ਜਤਿਨ ਜੀ ਉਹ ਲੋਕੇਸ਼ ਜੀ ਸਾਰੇ ਸਾਰੇ ਐਪਲੀਕੈਂਟ ਸੈਟੀਸਫਾਈ ਨੇ, ਉਹਨਾਂ ਨੇ ਵੀਜ਼ਾ ਹਾਸਲ ਕਰ ਚੁੱਕੇ ਨੇ, ਉਹ ਸਾਰਿਆਂ ਦੇ ਫੇਸ ਤੇ ਮੈਂ ਸਮਾਈਲ ਦੇਖ ਸਕਦਾ ਹਾਂ। ਔਰ ਜਤਿਨ ਜੀ, ਐਜ ਏ ICCRC ਮੈਂਬਰ, ਮੈਂ ਤੁਹਾਡੇ ਕੋਲ ਕੋਈ ਮੈਸੇਜ, ਕੋਈ ਸੁਨੇਹਾ ਲੈਣਾ ਚਾਹਾਂ ਜਾਂ ਕੋਈ ਟਿਪਸ ਲੈਣਾ ਚਾਹਾਂ, ਜਿਹੜੇ ਕਹਿ ਲਓ ਕੀਪ ਇਨ ਮਾਈਂਡ ਹੋਣ ਕਿ ਜਿਹੜਾ ਵੀ ਐਪਲੀਕੈਂਟ ਦੁਬਾਰਾ ਕੇਸ ਦਰਜ ਕਰਨਾ ਚਾਹੁੰਦਾ ਹੈ, ਫੋਰ ਐਗਜ਼ਾਮਪਲ ਏ ਬੀਸੀ ਕਲਾਇੰਟ ਕੋਈ ਕੇਸ ਅਪਲਾਈ ਕਰਨਾ ਚਾਹੁੰਦਾ ਓਪਨ ਵਰਕ ਪਰਮਿਟ ਦਾ, ਉਹ ਆਪਣੇ ਮਾਈਂਡ ਦੇ ਵਿੱਚ ਕਿਹੜੇ ਕਿਹੜੇ ਸਵਾਲ ਰੱਖੇ, ਤਾਂ ਕਿ ਉਹ ਗਲਤ ਕੰਸਲਟੈਂਟ ਕੋਲ ਨਾ ਜਾ ਪਾਵੇ, ਔਰ ਉਹਨੂੰ ਐਟਲੀਸਟ ਇਹ ਪਤਾ ਹੋਵੇ ਕਿ ਹਾਂ ਮੈਂ ਇਹਨਾਂ ਚੀਜ਼ਾਂ ਇਹ ਸਾਰੀ ਚੀਜ਼ਾਂ ਦੀ ਐਲੀਜੀਬਿਲਟੀ ਆ, ਮੈਂ ਐਲੀਜੀਬਿਲਟੀ ਪੂਰੀ ਕਰਦਾ ਔਰ ਮੇਰਾ ਹੁਣ ਜਿਹੜਾ ਓਪਨ ਵਰਕ ਪਰਮਿਟ ਹੈ ਗ੍ਰਾਂਟ ਹੋ ਸਕਦਾ, ਕਿਹੜੀ ਚੀਜ਼ਾਂ ਧਿਆਨ 'ਚ ਰੱਖੀਏ? ਮਨੀਸ਼ ਜੀ, ਸਭ ਤੋਂ ਇੰਪੋਰਟੈਂਟ ਜਿਹੜੀ ਓਪਨ ਵਰਕ ਪਰਮਿਟ ਦੀ ਅਸੈਸਮੈਂਟ ਹੈ ਐਜ਼ ਪਰ ਆਵਰ ਅੰਡਰਸਟੈਂਡਿੰਗ ਜਿਹੜੀ ਵੀਜ਼ਾ ਆਫਿਸ ਕਰਦਾ ਹੈ, ਦੇਖਿਓ ਤਿੰਨ ਪੈਰਾਮੀਟਰ ਬਹੁਤ ਇੰਪੋਰਟੈਂਟ ਨੇ। ਫਸਟ ਆਫ ਆਲ, ਤੁਹਾਡੀ ਓਪਨ ਵਰਕ ਪਰਮਿਟ ਦਾ ਬੇਸ ਹੀ ਦੇਖੋ ਮੈਰਿਜ ਰਿਲੇਸ਼ਨਸ਼ਿਪ ਹੈ, ਤੁਹਾਡੀ ਜੈਨੂਇਨਨੈਸ ਆਫ ਰਿਲੇਸ਼ਨਸ਼ਿਪ ਇਜ਼ ਦਾ ਬੇਸ ਆਫ ਓਪਨ ਵਰਕ ਪਰਮਿਟ ਐਪਲੀਕੇਸ਼ਨ। ਉਸ ਤੋਂ ਬਾਅਦ ਅਸੀਂ ਕਿੰਨੇ ਕੁ ਐਵੀਡੈਂਸਿਸ ਆਪਣੀ ਮੈਰਿਜ ਨੂੰ ਜਸਟੀਫਾਈ ਕਰਨ ਵਾਸਤੇ ਦਿੰਦੇ ਹਾਂ, ਕਿੰਨੇ ਕੁ ਰਿਲੇਸ਼ਨਸ਼ਿਪ ਨੂੰ ਜਸਟੀਫਾਈ ਕਰਨ ਵਾਸਤੇ ਦਿੰਦੇ ਹਾਂ, ਉਹ ਦੈਨ ਇੰਪੋਰਟੈਂਟ ਰੋਲ ਪਲੇ ਕਰਦੇ ਆ ਓਵਰਆਲ ਫਾਈਲ ਦੇ ਵਿਚਕਾਰ। ਸੈਕਿੰਡ ਚੀਜ਼ ਜਿਹੜੀ ਅਸੈਸਮੈਂਟ ਦੇ ਦੌਰਾਨ ਸਭ ਤੋਂ ਇੰਪੋਰਟੈਂਟ ਹੈਗੀ ਹੈ, ਉਹ ਹੈਗੀ ਹੈ ਜੀ ਤੁਹਾਡੀ ਇੰਪਲੋਇਮੈਂਟ, ਤੁਹਾਡੀ ਇਸਟੈਬਲਿਸ਼ਮੈਂਟ ਇਨ ਦਾ ਹੋਮ ਕੰਟਰੀ, ਕਿ ਤੁਸੀਂ ਆਪਣੀ ਹੋਮ ਕੰਟਰੀ 'ਚ ਕੀ ਕੰਮ ਕਰ ਰਹੇ ਹੈਗੇ ਹੋ, ਤੁਸੀਂ ਉਸ ਤੋਂ ਕਿੰਨੀ ਕੀ ਇਨਕਮ ਜਨਰੇਟ ਕਰ ਰਹੇ ਹੋ। ਬਿਕੋਜ਼ ਦੇਖੋ, ਇਹ ਟੈਂਪਰਰੀ ਕਲਾਸ ਐਪਲੀਕੇਸ਼ਨ ਹੈ, ਇਹਦਾ ਇੰਟੈਂਟ ਜਿਹੜਾ ਹੈਗਾ ਕਿਤੇ ਨਾ ਕਿਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਪਰਮਾਨੈਂਟਲੀ ਕੈਨੇਡਾ 'ਚ ਇਸਟੈਬਲਿਸ਼ ਹੋਣਾ ਹੈ। ਸੋ ਅਲਟੀਮੇਟਲੀ ਇੰਟੈਂਟ ਇਹੀ ਹੈ ਕਿ ਜਦੋਂ ਮੇਰਾ ਵਰਕ ਪਰਮਿਟ ਪੂਰਾ ਹੋ ਜਾਏਗਾ, ਮੇਰਾ ਟਾਈਮ ਪੂਰਾ ਹੋ ਜਾਏਗਾ, ਆਈ ਵਿਲ ਕਮ ਬੈਕ ਟੂ ਇੰਡੀਆ ਐਂਡ ਸ਼ਟਲ ਡਾਊਨ ਦੇਅਰ। ਠੀਕ ਹੈ, ਸੋ ਜੇ ਅਸੀਂ ਇਸਟੈਬਲਿਸ਼ ਨਹੀਂ ਹੈਗੇ ਹਾਂ, ਸਾਡਾ ਕੋਈ ਕੰਮ ਕਾਜ ਨਹੀਂ ਹੈਗਾ ਇੰਡੀਆ 'ਚ, ਸੋ ਵੀਜ਼ਾ ਆਫਿਸਰ ਡੈਫੀਨੇਟਲੀ ਡਾਊਟਫੁਲ ਹੋਏਗਾ ਕਿ ਇਸ ਬੰਦੇ ਨੂੰ ਵੀਜ਼ਾ ਦੇਣਾ ਕਿ ਨਹੀਂ ਦੇਣਾ, ਇਹ ਕੈਨੇਡਾ ਗਿਆ ਤੇ ਇਹਨੇ ਵਾਪਸ ਨਹੀਂ ਆਉਣਾ। ਦੈਨ ਥਰਡ ਮੋਸਟ ਇੰਪੋਰਟੈਂਟ ਫੈਕਟਰ ਇਜ਼ ਅਬਾਊਟ ਫਾਈਨੈਂਸ਼ੀਅਲ ਸਟੇਟਸ, ਜਿਹੜਾ ਬੰਦਾ ਇੰਡੀਆ 'ਚ ਅੱਛੀ ਇੰਪਲੋਇਮੈਂਟ 'ਚ ਹੈਗਾ, ਉਹ ਡੈਫੀਨੇਟਲੀ ਉਹਦੇ ਕੋਲ ਅੱਛੀ ਸੇਵਿੰਗਸ ਹੋਣਗੀਆਂ, ਅੱਛੇ ਉਹਦੇ ਕੋਲ ਫਾਈਨੈਂਸਿਸ ਹੋਣਗੇ ਕਿ ਉਹ ਆਪਣੀ ਫਿਊਚਰ ਵਿਜ਼ਿਟ ਕੈਨੇਡਾ ਦੀ
ਡੈਫੀਨਿਟਲੀ ਕੇਸ ਜਿਹੜਾ ਹੈ ਪੋਜ਼ਿਟਿਵ ਹੋ ਸਕਦਾ ਹੈ, ਟਰਨ ਆਊਟ ਹੋ ਸਕਦਾ ਹੈ। ਜੀ ਲੋਕੇਸ਼ ਜੀ, ਤੁਸੀਂ ਕੋਈ ਮੈਸੇਜ ਦੇਣਾ ਚਾਹੋ ਸਾਡੇ ਕੋਲ ਦਰਸ਼ਕਾਂ ਨੂੰ? ਸਰ ਮੈਸੇਜ ਇਹ ਹੈ ਕਿ ਸਾਡੇ ਕੋਲ ਜਿੰਨੀਆਂ ਵੀ ਕਾਲਸ ਆਉਂਦੀਆਂ ਜਾਂ ਜਿੰਨੇ ਵੀ ਸਾਡੇ ਕੋਲ ਕਲਾਇੰਟਸ ਆਉਂਦੇ ਆ, ਉਹਨਾਂ ਦਾ ਸਭ ਤੋਂ ਪਹਿਲਾ ਕੁਐਸਚਨ ਇਹੀ ਹੁੰਦਾ ਹੈ ਕਿ ਅਸੀਂ ਫਾਈਲ ਕਦੋਂ ਲਗਾਈਏ। ਮੇਰੀ ਵਾਈਫ ਨੂੰ ਹਾਲੇ ਜੀ ਜਨਵਰੀ ਇਨਟੇਕ 'ਚ ਗਏ ਆ, ਅਤੇ ਕੀ ਮੈਂ ਐਲੀਜੀਬਲ ਹੈਗਾ ਫਾਈਲ ਲਾਉਣ ਲਈ? ਅਤੇ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦਾ ਹਾਂ, ਤੁਹਾਡੇ ਵਾਈਫ ਕੈਨੇਡਾ ਟਰੈਵਲ ਕਰ ਗਏ ਹੈ, ਜਿੱਦਾਂ ਹੀ ਤੁਹਾਡੇ ਵਾਈਫ ਨੂੰ ਐਨਰੋਲਮੈਂਟ ਲੈਟਰ ਮਿਲਦੀ ਹੈ, ਇਮੀਡੀਏਟਲੀ ਤੁਸੀਂ ਆਪਣਾ ਫਾਈਲ ਆਪਣੀ ਫਾਈਲਿੰਗ ਕਰ ਸਕਦੇ ਹੋ। ਬਾਕੀ ਡਿਪੈਂਡਸ ਅਪੋਨ ਯੂਅਰ ਲੈਵਲ ਆਫ ਅਸਟੈਬਲਿਸ਼ਮੈਂਟ, ਤੁਹਾਡਾ ਫਾਈਨੈਂਸ਼ੀਅਲ ਸਟੇਟਸ, ਬਾਕੀ ਡਾਕੂਮੈਂਟਸ ਰੈਡੀ ਹੈ, ਤੁਸੀਂ ਇਮੀਡੀਏਟਲੀ ਫਾਈਲ ਆਪਣੀ ਕਰ ਸਕਦੇ ਹੋ। ਕਿਸੇ ਨੂੰ ਮਹੀਨਾ ਰੁਕਣ ਦੀ ਲੋੜ ਨਹੀਂ, 6 ਮਹੀਨੇ ਰੁਕਣ ਦੀ ਲੋੜ ਨਹੀਂ, ਤੁਸੀਂ ਇਮੀਡੀਏਟਲੀ ਆਪਣੀ ਫਾਈਲ ਲਗਾਓ। ਜੀ ਸੋ ਜਤਿਨ ਜੀ, ICCRC ਮੈਂਬਰ ਹੋ, ਔਰ ਮੈਂ ਚਾਹੂੰਗਾ ਕਿ ਜਿਹੜੇ ਵੀ ਸਟੂਡੈਂਟ ਕੈਨੇਡਾ ਦੇ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਨੇ, ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਨੇ, ਟੂਰਿਸਟ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਨੇ, ਓਪਨ ਸਪਾਊਸਲ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਨੇ, ਕਿਸੇ ਜਾਂ PR ਦੀ ਫਾਈਲ ਲਾਉਣਾ ਚਾਹੁੰਦੇ ਨੇ, ਕੋਈ ਵੀ ਕੈਨੇਡਾ ਨੂੰ ਲੈ ਕੇ ਸਰਵਿਸਿਜ਼ ਲੈਣਾ ਚਾਹੁੰਦੇ ਨੇ, ਦੇਖਿਓ ਇੱਕ ਵਾਰ ਜ਼ਰੂਰ ICCRC ਮੈਂਬਰ ਨੂੰ ਜ਼ਰੂਰ ਕੰਸਲਟ ਕਰ ਲੈਣ। ਹੁਣ ਜਤਿਨ ਜੀ ਦੀ ਅਵੇਲੇਬਿਲਿਟੀ ਕੈਨੇਡਾ ਦੇ ਵਿੱਚ ਆ, ਇੰਡੀਆ ਟਰੈਵਲ ਜ਼ਰੂਰ ਕਰਦੇ ਨੇ ਮੇਰੇ ਖਿਆਲ 'ਚ, ਇਫ ਆਈ ਐਮ ਨੋਟ ਰੋਂਗ, ਸ਼ਾਇਦ ਮਾਰਚ ਅਪ੍ਰੈਲ ਦੇ ਵਿੱਚ ਜਤਿਨ ਜੀ ਤੁਸੀਂ ਟਰੈਵਲ ਵੀ ਕਰ ਰਹੇ ਹੋ। ਜੀ ਸੋ ਇੰਡੀਆ ਆਫਿਸ ਮਿਸਟਰ ਲੋਕੇਸ਼ ਦੇਖ ਰਹੇ ਨੇ, ਲੋਕੇਸ਼ ਮਹਿਤਾ ਨੂੰ ਤੁਸੀਂ ਮਿਲ ਸਕਦੇ ਹੋ ਜਲੰਧਰ ਆਫਿਸ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜਤਿਨ ਜੀ ਔਰ ਲੋਕੇਸ਼ ਜੀ ਔਰ ਮਿਸਟਰ ਸੰਦੀਪ ਸਿੰਘ, ਅਨਮੋਲਪੁਰੀ, ਰਸ਼ਮੀ ਤਿਵਾਰੀ, ਮਿਸਟਰ ਕੈਨਤ ਔਰ ਪਵਨ ਜੀ, ਤੁਸੀਂ ਸਾਡੇ ਸਕੂਲ ਦੇ ਵਿੱਚ ਜੁੜੇ, ਸ਼ੋਅ ਦੇ ਵਿੱਚ ਜੁੜ ਕੇ ਆਪਣੇ ਐਕਸਪੀਰੀਅੰਸ ਸਾਂਝੇ ਕੀਤੇ।